ਵਾਹਿਗੁਰੂ 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 ਫਿਰਤ ਪ੍ਰਭ ਆਇਆ ਪਰਿਆ ਤੋ ਸਰ ਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਮੇਰੀ ਬੰਦਨਾ ਗੋਪਾਲ ਰਾਏ ਬੰਦਨਾ ਵੰਦਨਾ ਗੋਪਾਲ ਰਾਏ ਵੰਦਨਾ ਗੋਪਾਲ ਰਾਏ ਬੰਦਨਾ ਮੇਰੀ ਬੰਦਨਾ ਗੋਪਾਲ ਰਾਏ ਬੰਦਨਾ
ਪਿੱਟੇ ਗੁਰਦੇਵਾ ਕੋਟ ਪਰਾਧ ਮਿੱਟੇ ਹਰ ਸੇਵਾ ਚਰਨ ਕਮਲ ਜਾ ਕਮਨ ਰਪੈ ਸੋਗ ਅਗਨ ਤਿਸ ਜਨ ਨ ਵਿਆਪੈ ਮੇਰੀ ਬੰਦਨਾ ਗੋਪਾਲ ਰਾਏ ਬੰਦਨਾ ਬੰਦਨਾ ਗੋਪਾਲ ਰਾਏ ਬੰਦਨਾ Thank you.
ਵੰਦਨਾ ਤੇਰੀ ਵੰਦਨਾ ਜੀ ਵੰਦਨਾ ਜੀ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰਤਨ ਦੋ ਕੀ ਪਾਪ ਨ ਫੇੜੇ ਜਮ ਜਿੰਦਾਰ ਨ ਆਵੇ ਨੇੜੇ ਤ੍ਰਿਸ਼ਨ ਅਗਨ ਪ੍ਰਭ ਆਪ ਜਾਈ ਨਾਨਕ ਉਦਰੇ ਪ੍ਰਭ ਸ਼ਰਨਾਈ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਆਵੋ ਸੱਚੀ ਬਾਣੀ ਆਵੋ ਟਿਕ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਆਵੋ ਟਿਕ ਸਤਿਗੁਰ ਕੇ ਪਿਆਰਿਓ ਸਤਿਗੁਰ ਕੇ ਪਿਆਰਿਓ ਆਵੋ ਟਿਕ ਸਤਿਗੁਰ ਕੇ ਪਿਆਰਿਓ ਪਾਣੀ ਆਵੋ ਸਿੱਖ ਸਤਿਗੁਰ
ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਅਤੇ ਨਿੱਘੀ ਗੋਦ ਵਿੱਚ ਬੈਠੀ ਗੁਰੂ ਰੂਪ ਗੁਰਸਵਾਰੀ ਸਤਸੰਗ ਜੀਓ, ਜਿੱਥੇ ਆਪ ਜੀ ਮਾਈ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓ ਆਪੋ ਆਪਣੇ ਦੁਨਿਆਵੀ ਧੰਦੇ ਧੰਦਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਯੂਰੀ ਵਿੱਚ ਪੁੱਜ ਕੇ, ਗੋਦੀ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੇ ਅਮੋਲਕ ਸਮੇਂ ਨੂੰ ਗੁਰਚਰਨਾਂ ਵਿੱਚ ਲਗਾ ਕੇ ਸਫਲਿਆਂ ਕਰਨ ਦੀ ਖੇਚਲਾ ਜਾਨੀ ਕਿਰਪਾਲਤਾ ਕਰ ਰਿਹਾ, ਉੱਥੇ ਆਪ ਜੀ ਆਪਣਾ ਹੀ ਮੇਰੇ ਕਹਿਣ ਤੋਂ ਭਾਵ ਖਾਲਸੇ ਦਾ ਪ੍ਰਗਾਸ਼ ਦਿਵਸ ਮਨਾ ਰਿਹਾ। ਜਦੋਂ ਤੱਕ ਦੁਨੀਆਂ ਰਹੇਗੀ, ਜਦੋਂ ਤੱਕ ਸੰਸਾਰ ਰਹੇਗਾ, ਦੁਨੀਆਂ 'ਤੇ ਜੋ ਜੰਮਿਆ ਮਰਨਾ ਜ਼ਰੂਰ ਹੈ, ਜੋ ਆਇਆ ਉਹਨੇ ਜਾਣਾ ਜ਼ਰੂਰ ਹੈ, ਪਰ ਜਦੋਂ ਤੱਕ ਸੰਸਾਰ ਰਹੇਗਾ ਦੁਨੀਆਂ ਦੇ ਲੋਕ ਖਾਲਸੇ ਦਾ ਜਨਮ ਦਿਨ ਹੀ ਮਨਾਉਂਦੇ ਰਹਿਣਗੇ। ਕਿਤੇ ਖਾਲਸੇ ਦਾ, ਮਾਫ ਕਰਨਾ, ਖਾਲਸਾ ਜੀ ਮਰਨ ਦਿਵਸ ਨਹੀਂ ਮਨਾਇਆ ਜਾਏਗਾ। ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਗੁਰੂ ਨਾਨਕ ਦੇ ਘਰ ਵਿੱਚ ਇੱਕ ਤਬਦੀਲੀ ਆਈ, ਇੱਕ ਚੇਂਜ ਆਈ। ਭਾਵੇਂ ਗੁਰੂ ਘਰ ਦੀ ਮਰਿਆਦਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ ਹਰ ਬੰਦੇ ਵਾਸਤੇ ਖੁੱਲ੍ਹੇ ਸਨ। ਇੱਥੇ ਮੁਸਲਮਾਨ ਆ ਜਾਏ, ਇੱਥੇ ਈਸਾਈ ਆ ਜਾਏ, ਇੱਥੇ ਹਿੰਦੂ ਆ ਜਾਏ, ਇਸੇ ਕਿਤੇ ਕਿਤੇ ਵੀ ਮਤ ਦਾ ਬੰਦਾ ਆ ਜਾਏ, ਮੁੱਕਦੀ ਗੱਲ ਕੀ, ਸਾਰਿਆਂ ਦੇ ਵਾਸਤੇ ਦਰਵਾਜ਼ੇ ਖੁੱਲ੍ਹੇ ਸਨ। ਕੋਈ ਸਤਸੰਗਤ ਵਿੱਚ ਬੈਠ ਕੇ ਹਰੀ ਜਸ ਹਰੀ ਕੀਰਤਨ ਸਰਵਨ ਕਰ ਸਕਦਾ, ਕੋਈ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਸਕਦਾ, ਪਰ ਸਤਸੰਗ ਜੀ ਤਲਵਾਰ ਦੀ ਮੁੱਠੀ 'ਤੇ ਹੱਥ ਉਦੋਂ ਗਿਆ ਜਦੋਂ ਜ਼ੁਲਮ ਦੀ ਹੱਦ ਵੱਧ ਗਈ। ਖਾਲਸਾ ਜੀ ਪੰਜਵੇਂ ਪਾਤਸ਼ਾਹ ਦੀ ਪਵਿੱਤਰ ਸ਼ਹੀਦੀ ਨੇ, ਮਾਫ਼ ਕਰਨਾ, ਸ਼ਹੀਦਾਂ ਨੂੰ ਜਨਮ ਦਿੱਤਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਤੱਤੀ ਤਵੀ 'ਤੇ ਬੈਠ ਕੇ ਕਿਸੇ ਭੋਰੇ ਕਰਨੀ ਦੱਸੀ ਸਬਰ ਦੀ ਜੰਗ ਤੈਨੂੰ, ਦਿੱਲੀ ਚਾਂਦਨੀ ਚੌਂਕ ਬਾਜ਼ਾਰ ਅੰਦਰ ਕਿਸੇ ਦੱਸਿਆ ਜੀਵਨ ਦਾ ਢੰਗ ਤੈਨੂੰ। ਨੌਵੇਂ ਪਾਤਸ਼ਾਹ ਦੀ ਸ਼ਹੀਦੀ ਨੇ, ਜਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਨੇ ਸ਼ਹੀਦਾਂ ਨੂੰ ਜਨਮ ਦਿੱਤਾ, ਮੁੱਕਦੀ ਗੱਲ ਕੀ, ਗੁਰੂ ਕੀ ਸੰਗਤ, ਨੌਵੇਂ ਪਾਤਸ਼ਾਹ ਦੀ ਸ਼ਹੀਦੀ ਨੇ ਖਾਲਸਾ ਪੰਥ ਨੂੰ ਜਨਮ ਦਿੱਤਾ, ਗੁਰੂ ਕੀ ਸੰਗਤ। ਛੇਵੇਂ ਪਾਤਸ਼ਾਹ ਜਦੋਂ ਗੁਰਤਾ ਗੁਰਗੱਦੀ 'ਤੇ ਬੈਠੇ ਤਾਂ ਉਸ ਮੌਕੇ ਬਾਬਾ ਬੁੱਢਾ ਜੀ, ਗੁਰੂ ਘਰ ਦੀ ਜਿਹੜੀ ਮਰਿਆਦਾ ਸੀ ਹਰ ਗੁਰਤਾ ਗੁਰਗੱਦੀ 'ਤੇ ਬੈਠਣ ਵਾਲੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਮਾਫ ਕਰਨਾ, ਸਹੇਲੀ ਟੋਪੀ ਇਤਿਆਦਿ ਮਾਲਾ ਵਗੈਰਾ ਵਸਤੂਆਂ ਰੱਖ ਕੇ ਨਮਸਕਾਰ ਕੀਤੀ ਜਾਂਦੀ ਰਹੀ। ਪਰ ਸਤਿਗੁਰੂ ਗੁਰੂ ਹਰਗੋਬਿੰਦ ਜੀ ਨੇ ਬਚਨ ਕੀਤਾ, ਬਾਬਾ ਜੀ ਹੁਣ ਮਾਲਾ ਫੇਰਨ ਦਾ ਸਮਾਂ ਨਹੀਂ ਰਿਹਾ,
ਹੁਣ ਭਗਤੀ ਦੇ ਨਾਲ ਸ਼ਕਤੀ ਵਰਤਣੀ ਜਥਾ ਯੋਗ ਹੈ। ਮੁੱਕਦੀ ਗੱਲ ਕਿ ਗੁਰੂ ਕੀ ਸੰਗਤ ਸਾਡੇ ਵਾਸਤੇ ਤਲਵਾਰ ਲੈ ਕੇ ਆਓ, ਅਸੀਂ ਜੰਗ ਲੜਾਂਗੇ। ਮਾਫ਼ ਕਰਨਾ, ਜੇ ਕੁੱਤਾ ਮੂੰਹ ਪਾਵੇ ਉਹਨੂੰ ਸੋਟੀ ਮਾਰਨੀ, ਕੋਈ ਗੁਨਾਹ ਨਹੀਂ ਹੈ। ਕਿਸੇ 'ਤੇ ਚੜ੍ਹਾਈ ਨਹੀਂ ਕੀਤੀ, ਜਿਹੜਾ ਚੜ੍ਹ ਕੇ ਆਉਂਦਾ ਰਿਹਾ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਰਿਹਾ। ਜਿਵੇਂ ਗੁਰੂ ਘਰ ਦੀ ਮਰਿਆਦਾ ਸੀ, ਜਿਹੜੇ ਸਿੱਖ ਆਉਂਦੇ ਸਨ ਗੁਰੂ ਸਾਹਿਬ ਵਾਸਤੇ ਚੰਗੇ ਤੋਂ ਚੰਗੇ ਮਾਫ਼ ਕਰਨ ਪਛਾਕੇ ਲੈ ਕੇ ਆਉਣੇ, ਚੰਗੇ ਤੋਂ ਚੰਗੇ ਸਿਮਰਨੇ ਲੈ ਕੇ ਆਉਣੇ ਮਾਲਾ ਦੇ, ਮਾਫ਼ ਕਰਨਾ ਇੱਥੋਂ ਤੱਕ ਕਿ ਸੋਨੇ ਦੀਆਂ ਮਾਲਾ ਤੱਕ ਵੀ ਕਪੂਰ ਦੇ ਮਣਕਿਆਂ ਦੀ ਬਣੀ ਮਾਲਾ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਕੀਤੀ ਸੀ ਕਿਸੇ ਸਿੱਖ ਨੇ। ਮੁੱਕਰੀ ਗੱਲ ਕਿ ਗੁਰੂ ਹਰਗੋਬਿੰਦ ਜੀ ਨੇ ਗੁਰਤਾ ਗੁਰਗੱਦੀ ਦੀ ਥਾਂ 'ਤੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਗਈ। ਉਹ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸਿਰਜਣਾ ਸੀ, ਤਖ਼ਤ ਰਾਜਿਆਂ ਮਹਾਰਾਜਿਆਂ ਦੇ ਹੁੰਦੇ ਸਨ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤੇ ਸੁ ਪਾਇਆ, ਨਾਨਕ ਤਿੰਨ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ। ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਫਿਰ ਕਲਗੀ ਲਾਉਣੀ ਸ਼ੁਰੂ ਕੀਤੀ, ਜੰਗੀ ਸ਼ਸਤਰ ਬਸਤਰ ਲਾਉਣੇ ਸ਼ੁਰੂ ਕੀਤੇ, ਫੌਜਾਂ ਰੱਖਣੀਆਂ ਸ਼ੁਰੂ ਕੀਤੀਆਂ, ਸੰਗਤਾਂ ਨੂੰ ਸੰਬੋਧਨ ਕਰਦੇ ਆਖਿਆ, ਸਤਸੰਗ ਜੀ ਹੁਣ ਸਾਡੇ ਵਾਸਤੇ ਜੇ ਕਿਸੇ ਨੇ ਕੋਈ ਭੇਟਾ ਲੈ ਕੇ ਆਉਣੀ ਹੈ, ਆਪਣੇ ਚੰਗੇ ਤੋਂ ਚੰਗੇ ਪੁੱਤਰ ਸਾਡੇ ਵਾਸਤੇ ਲੈ ਕੇ ਆਵੇ, ਜੋ ਫੌਜ ਦੇ ਵਿੱਚ ਮਾਫ਼ ਕਰਨਾ ਸਿਪਾਹੀ ਬਣ ਕੇ ਜ਼ਾਲਮ ਦੇ ਜ਼ੁਲਮ ਦਾ ਟਾਕਰਾ ਕਰ ਸਕਣ, ਚੰਗੇ ਤੋਂ ਚੰਗੇ ਘੋੜੇ, ਚੰਗੇ ਤੋਂ ਚੰਗੇ ਜੰਗੀ ਜੋੜੇ, ਬਸਤਰ ਔਰ ਚੰਗੇ ਤੋਂ ਚੰਗੇ ਆਪਣੇ ਪੁੱਤਰ ਸਾਡੇ ਦਰਬਾਰ ਦੇ ਵਿੱਚ ਪੇਸ਼ ਕੀਤੇ ਜਾਣ। ਚਾਰ ਜੰਗ ਲੜੇ, ਕਿਸੇ 'ਤੇ ਚੜ੍ਹਾਈ ਨਹੀਂ ਕੀਤੀ। ਚਾਰ ਵਾਰੀ ਸ਼ਾਹਜਹਾਨ ਨੇ ਸਤਸੰਗ ਗੁਰੂ ਸਾਹਿਬ 'ਤੇ ਚੜ੍ਹਾਈ ਕੀਤੀ, ਚਾਰੇ ਵਾਰੀ ਉਹਦੀ ਫੌਜ ਦਾ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਰਿਹਾ। ਮੁੱਕਦੀ ਗੱਲ ਕੀ ਕੋਈ ਸਮਾਂ ਠੀਕ ਗੁਜ਼ਰਿਆ, ਪਰ ਇਹਨਾਂ ਸਾਰੇ ਬਾਦਸ਼ਾਹਾਂ ਦੇ ਵਿੱਚ ਔਰੰਗਜ਼ੇਬ ਇਤਨਾ ਕੱਟੜ ਜ਼ਾਲਮ ਬਾਦਸ਼ਾਹ ਸੀ। ਮਾਫ਼ ਕਰਨਾ ਗੁਰੂ ਕੀ ਸੰਗਤ, ਰਾਤੀ ਵੀ ਕੀਰਤਨ 'ਚ ਗੱਲ ਚੱਲੀ ਸੀ ਕਿ ਜੇ ਕੋਈ ਬੱਚਾ ਆਪਣੇ ਮਾਂ ਬਾਪ ਦਾ ਸਤਿਕਾਰ ਨਾ ਕਰੇ ਅਤੇ ਕਿਸੇ ਚਾਚੇ ਤਾਏ ਦੇ ਅੱਗੇ ਬੋਲ ਪਵੇ ਜਾਂ ਕਿਸੇ ਹੋਰ ਬੰਦੇ ਅੱਗੇ ਬੋਲ ਪਵੇ, ਵਾਦ ਕਰਨ ਲੱਗ ਜੇ, ਤਾਂ ਸਿਆਣਾ ਬੰਦਾ ਕਹਿ ਦਿੰਦਾ, ਜਾਓ ਤੂੰ ਆਪਣੇ ਪਿਓ ਦਾ ਨਹੀਂ ਬਣਿਆ, ਤੂੰ ਸਾਡਾ ਕਿੱਥੋਂ ਬਣਨਾ। ਇੱਕ ਵਾਰੀ ਕਹਿ ਦੇ ਵਹਿਰੂ, ਦਿੱਲੀ ਦੇ ਤਖ਼ਤ 'ਤੇ ਬੈਠਣ ਤੋਂ ਪਹਿਲਾਂ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਪਿਓ ਸ਼ਾਹਜਹਾਨ ਜਿਉਂਦੇ ਦੀਆਂ ਅੱਖਾਂ ਕਢਵਾਈਆਂ, ਉਹਨੂੰ ਕੈਦ ਖਾਨੇ ਵਿੱਚ ਪਾਇਆ। ਮੁੱਕਰੀ ਗੱਲ ਕਿ ਗੁਰੂ ਕੀ ਸੰਗਤ, ਫਿਰ ਸਤਸੰਗ ਜੀ ਆਪਣੇ ਸਕੇ ਭਰਾਵਾਂ ਦੇ ਕਤਲ ਕਰਕੇ ਫਿਰ ਦਿੱਲੀ ਦੇ ਤਖ਼ਤ 'ਤੇ ਬੈਠਾ, ਤਾਂ ਕਿ ਉਸਦਾ ਕੋਈ ਸ਼ਰੀਕ, ਉਸਦਾ ਸਾਨੀ, ਉਸਦੇ ਬਰਾਬਰ ਦਾ ਕੋਈ ਨਾ ਰਹੇ। ਖੈਰ ਗੁਰੂ ਕੀ ਸੰਗਤ ਮੁੱਕਦੀ ਗੱਲ ਕੀ, ਇੱਕ ਐਸਾ ਸਮਾਂ ਵੀ ਆਇਆ ਸੀ ਜੇ ਅਸੀਂ ਵਿਚਾਰ ਕਰਕੇ ਵੇਖੀਏ, ਗੁਰੂ ਨਾਨਕ ਸਾਹਿਬ ਦੇ ਸਮੇਂ ਹੀ ਬਾਬਰ 16,000 ਹਿੰਦੁਸਤਾਨ ਦੀ ਲੜਕੀ ਬੰਨ ਕੇ ਕਾਬਲ ਕੰਧਾਰ ਨੂੰ ਲੈ ਕੇ ਤੁਰਿਆ ਜਾਂਦਾ ਸੀ। ਇਹਦੀਆਂ ਚੱਕੀਆਂ ਚਲਾਈਆਂ ਬਾਬਰ ਐਵੇਂ ਨਹੀਂ ਤੂੰ ਜਾਣਿਆ। ਮੁੱਕਰੀ ਗੱਲ ਕੀ ਗੁਰੂ ਕੀ ਸੰਗਤ, ਉਸ ਮੌਕੇ ਗੁਰੂ ਜੀ ਨੇ ਬਾਬਰ ਨੂੰ ਉਪਦੇਸ਼ ਦਿੰਦੇ ਹੋਏ ਆਖਿਆ ਸੀ, ਬਾਬਰ ਰਾਜੇ ਪਰਜਾ ਦੀ ਹਿਫਾਜ਼ਤ ਵਾਸਤੇ ਹੁੰਦੇ ਨੇ, ਰਾਜੇ ਪਰਜਾ ਦੇ ਮਾਂ ਬਾਪ ਹੁੰਦੇ ਨੇ, ਰਾਜੇ ਪਰਜਾ ਦੇ ਉੱਤੇ ਜ਼ੁਲਮ ਕਰਨ ਵਾਸਤੇ ਨਹੀਂ ਹੁੰਦੇ। ਖੈਰ ਇਹਨੂੰ ਆਪਣੀ ਗਲਤੀ ਦਾ ਬੜਾ ਅਹਿਸਾਸ ਹੋਇਆ, ਇਹਨੇ ਮਾਫ਼ੀ ਮੰਗੀ, ਮਾਰੇ ਕਿਰਪਾ ਕਰੋ ਮੈਨੂੰ ਮੇਰੀ ਗਲਤੀ ਦੀ ਮਾਫ਼ੀ ਦਿੱਤੀ ਜਾਏ। ਉਸ ਮੌਕੇ ਗੁਰੂ ਜੀ ਨੇ ਆਖਿਆ ਸੀ ਕਿ ਤੂੰ ਮਾਫ਼ੀਆਂ ਕਾਹਦੀਆਂ ਮੰਗਦਾ, ਜਿਹੜੇ ਮਰ ਕੇ ਰਾਏ ਪੈ ਗਏ ਨੇ ਉਹਨਾਂ ਦੀ ਮਾਫ਼ੀ ਕਿੱਥੋਂ ਦਿੱਤੀ ਜਾਵੇਗੀ।
ਇਹਦੇ ਸਮੇਂ 'ਚ ਕੋਈ ਸਮਾਂ ਚੰਗਾ ਗੁਜ਼ਰਿਆ, ਬੀਤਣ ਵਾਲਾ ਸਮਾਂ ਸੀ ਜਿਹੜਾ ਕੋਈ ਠੀਕ ਰਿਹਾ। ਉਦੋਂ ਬਾਦਸ਼ਾਹ ਸਾਨੂੰ ਦਿੱਲੀ ਦੇ ਤਖ਼ਤ 'ਤੇ ਅਕਬਰ ਬੈਠਾ ਸਤਸੰਗ। ਜੇਕਰ ਰਾਤੀ ਵੀ ਕੀਰਤਨ 'ਚ ਗੱਲ ਚੱਲੀ ਸੀ ਅਕਬਰ ਦੀ ਥਾਂ 'ਤੇ ਔਰੰਗਜ਼ੇਬ ਹੁੰਦਾ, ਖੈਰ ਸਤਸੰਗ ਜੀ ਗੁਰੂ ਘਰ ਨੂੰ ਬੜੀਆਂ ਮੁਸ਼ਕਲਾਂ ਤਾਂ ਆਉਂਦੀਆਂ, ਪਰ ਗੁਰੂ ਘਰ ਨੇ ਆਪਣਾ ਧਰਮ ਦਾ ਰਾਹ ਛੱਡਿਆ ਨਹੀਂ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ, ਧਰਮ ਦਾ ਰਾਹ ਨਹੀਂ ਛੱਡਿਆ। ਪਰ ਉਸ ਸਮੇਂ 'ਚ ਪੰਥ ਦਾ ਸਾਜਣਾ, ਇੱਕ ਵਾਰੀ ਕਹਿ ਦਿਓ ਵਹਿਰੂ, ਇੱਕ ਦਿਨ ਦੇ ਵਿੱਚ 1800 ਹਿੰਦੂ ਮੰਦਰ ਢਾਹ ਕੇ ਢੇਰੀ ਕਰ ਦਿੱਤਾ ਗਿਆ। ਰਾਮ ਚੰਦਰ ਕ੍ਰਿਸ਼ਨ ਵਰਗੇ ਅਵਤਾਰਾਂ ਦੀਆਂ ਮੂਰਤੀਆਂ ਨੂੰ, ਜਿਹਨੂੰ ਹਿੰਦੂ ਭਰਾ ਗਊ ਮਾਤਾ ਮੰਨਦੇ ਨੇ, ਗਊ ਦੇ ਰੱਤ ਦੇ ਨਾਲ ਰਾਮ ਕ੍ਰਿਸ਼ਨ ਵਰਗੇ ਅਵਤਾਰਾਂ ਦੀਆਂ ਮੂਰਤੀਆਂ ਨਵਾਈਆਂ ਗਈਆਂ, ਧੋਤੀਆਂ ਗਈਆਂ। ਪਰ ਸਤਸੰਗ ਜੀ, ਇੱਥੋਂ ਤੱਕ ਕਿ ਇੱਕ ਦਿਨ ਦੇ ਵਿੱਚ 180,000 ਹਿੰਦੂ ਭਰਾਵਾਂ ਦੇ ਕਤਲ ਕੀਤੇ ਗਏ। ਇੱਕ ਵਾਰੀ ਕਹਿ ਦਿਓ ਵਹਿਰੂ, ਇੱਕ ਪਾਸੇ ਹਿੰਦੂ ਧਰਮ ਦਾ ਮਲੀਆ ਮੇਟ ਕੀਤਾ ਜਾ ਰਿਹਾ ਸੀ, ਹਿੰਦੂ ਮੰਦਰ ਢਾਏ ਜਾ ਰਹੇ ਸਨ, ਅਤੇ ਦੂਜੇ ਪਾਸੇ ਖਾਲਸਾ ਪੰਥ ਦੇ ਸਾਜਣ ਦੀ, ਸਿਰਜਣਾ ਕਰਨ ਦੀ ਤਿਆਰੀ ਹੋ ਰਹੀ ਸੀ। ਸੋਚੋ, ਫਸਟ ਆਫ ਆਲ ਯੂ ਥਿੰਕ ਐਂਡ ਰਿਲਾਈਜ ਕਿ ਉਹ ਸਮਾਂ ਕਿਹੋ ਜਿਹਾ ਹੋਵੇਗਾ ਜਦੋਂ ਕਿ ਬਾਦਸ਼ਾਹ ਔਰੰਗਜ਼ੇਬ ਦੂਜੇ ਧਰਮਾਂ ਦਾ ਮਲੀਆ ਮੇਟ ਕਰਨ 'ਤੇ, ਖਤਮ ਕਰਨ 'ਤੇ ਤੁਲਿਆ ਸੀ। ਅਤੇ ਮੁੱਕਦੀ ਗੱਲ ਕੀ ਗੁਰੂ ਕੀ ਸੰਗਤ ਉਸ ਸਮੇਂ ਵਿੱਚ, ਅੱਜ ਜੇ ਆਪਾਂ ਕਿਸੇ ਨੂੰ ਕਹੀਏ ਅਮਰ ਛਕ ਲਓ, ਗੁਰੂ ਵਾਲੇ ਬਣ ਜਾਓ, ਉਸ ਸਮੇਂ ਦੇ ਵਿੱਚ ਬੱਲੇ ਬੱਲੇ ਜਿਹੜੇ ਅੱਜ ਕਹਿੰਦੇ ਨੇ ਸਾਡੀਆਂ ਮਜਬੂਰੀਆਂ ਨੇ, ਅਤੇ ਤੁਸੀਂ ਕਦੀ ਸੋਚਿਆ, ਕਦੀ ਮਾਫ਼ ਕਰਨਾ ਵਿਚਾਰਿਆ? ਸਤਸੰਗ ਜੀ, ਮੁੱਕਦੀ ਗੱਲ ਕੀ ਗੁਰੂ ਗੋਬਿੰਦ ਸਿੰਘ ਦੀਆਂ ਕਿੰਨੀਆਂ ਮਜਬੂਰੀਆਂ ਹੋਣਗੀਆਂ। ਉੱਚੀਆਂ ਜਾਤਾਂ ਵਾਲੇ ਨੀਵੀਆਂ ਪਾ ਗਏ ਸਨ ਜਦੋਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ। ਧਰਮ ਹੇਤ ਸਾਕਾ ਜਿਨ ਕੀ ਆ, ਸਾਡੇ ਗੁਰੂਆਂ ਨੇ, ਸਾਡੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰਾਖੀ ਵਾਸਤੇ, ਧਰਮ ਵਾਸਤੇ ਸਿਰ ਦੇ ਦਿੱਤਾ। ਪਰ ਅੱਜ ਅਸੀਂ ਆਪਣੇ ਧਰਮ ਦੀ ਰੱਖਿਆ ਕਰਨ ਵਾਸਤੇ ਅਮਰ ਛਕਣ ਨੂੰ ਤਿਆਰ ਨਹੀਂ, ਕੇਸ ਰੱਖਣ ਨੂੰ ਤਿਆਰ ਨਹੀਂ। ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕਿਹਨੂੰ ਬੜੋ ਕਲੂ ਮੈਂ, ਸਾਕਾ ਠੀਕਰ ਫੋਰ ਦਲੀਰ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਣ। ਇੱਥੇ ਜਰਾ ਧਿਆਨ ਦੇਣਾ ਪਵੇਗਾ ਗੁਰੂ ਕੀ ਸੰਗਤ, ਉਸ ਮੌਕੇ ਇਹੋ ਜਿਹੇ ਸਮੇਂ ਦੇ ਹਾਲਾਤ, ਬੱਲੇ 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 ਜਦੋਂ ਕੋਈ ਸਤਸੰਗ ਜੀ ਕਿਸੇ ਦੇ ਮੂੰਹ ਦੇ ਵਿੱਚੋਂ ਉੱਚੀ ਆਵਾਜ਼ ਨਹੀਂ ਸੀ ਨਿਕਲਦੀ, ਕੋਈ ਹਿੰਦੂ ਭਰਾ, ਕੋਈ ਭਾਰਤ ਦੀ ਧਰਤੀ 'ਤੇ ਵਸਣ ਵਾਲਾ ਕਿਸੇ ਵੀ ਧਰਮ ਨਾਲ ਸੰਬੰਧਿਤ ਬੰਦਾ ਸੀ, ਉਹ ਕਲਗੀ ਨਹੀਂ ਸੀ ਲਾ ਸਕਦਾ। ਦੂਜੇ ਨੰਬਰ 'ਤੇ ਆ ਸਤਸੰਗ ਜਿਹੜੀ ਹੁੰਦੀ ਇਹ ਨਹੀਂ ਸੀ ਕਰ ਸਕਦਾ। ਇੱਕ ਵਾਰੀ ਕਹਿ ਦਿਓ ਵਹਿਰੂ, ਕੋਈ ਮਾਫ਼ ਕਰਨਾ, ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਦਰਬਾਰ ਨਹੀਂ ਸੀ ਲਾ ਸਕਦਾ, ਕੋਈ ਸ਼ਸਤਰ ਨਹੀਂ ਸੀ ਰੱਖ ਸਕਦਾ। ਮੁੱਕਦੀ ਗੱਲ ਕਿ ਗੁਰੂ ਕੀ ਸੰਗਤ, ਕੋਈ ਫੌਜ ਨਹੀਂ ਸੀ ਰੱਖ ਸਕਦਾ। ਪਰ 9ਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਕਹਿੰਦੇ ਗੁਰੂ ਕੀ ਸੰਗਤ, ਭਾਈ ਜੈਤਾ ਜੀ ਦਾ ਪਵਿੱਤਰ, ਭਾਈ ਜੈਤਾ ਜੀ ਦਾ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਪਵਿੱਤਰ ਸੀਸ ਪਵਿੱਤਰ ਪਛਾਕਿਆਂ ਦੇ ਵਿੱਚ ਲੈ ਕੇ ਲਪੇਟ ਕੇ ਅਨੰਦਪੁਰ ਦੀ ਧਰਤੀ 'ਤੇ ਪੁੱਜਣਾ, ਅਤੇ ਮੇਰੇ ਕਲਗੀਧਰ ਪਾਤਸ਼ਾਹ ਜੀ ਦੇ ਪਵਿੱਤਰ ਹੱਥਾਂ 'ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਪਵਿੱਤਰ ਸੀਸ ਰੱਖ ਕੇ ਤਾਹਾਂ ਮਾਰ ਕੇ ਰੋਣਾ। ਮੇਰੇ ਪਾਤਸ਼ਾਹ ਨੇ ਪੁੱਛਿਆ ਸੀ, ਜੈਤਿਆ, ਜਦੋਂ ਸਾਡੇ ਪਿਤਾ ਦੀ ਸ਼ਹੀਦੀ ਹੋਈ ਸਿੱਖਾਂ ਦੇ ਕਿੰਨੇ ਕੁ ਘਰ ਸਨ? ਇੱਕ ਵਾਰੀ ਕਹਿ ਦਿਓ ਵਹਿਰੂ, ਇੱਕ ਵਾਰੀ ਫਿਰ ਕਹਿ ਦਿਓ ਵਹਿਰੂ, ਸਿੱਖਾਂ ਦੇ ਕਿੰਨੇ ਕੁ ਘਰ ਸਨ? ਆਖਿਆ, ਮਹਾਰਾਜ
ਸਿੱਖਾਂ ਦੇ ਘਰ ਤਾਂ 5-7 ਹਜ਼ਾਰ ਹੋਰ ਵੀ ਸਨ, ਪਰ ਉੱਥੇ ਕਿਹੜੀ ਕਿਸੇ ਦੀ ਪਹਿਚਾਣ ਸੀ? ਉਹ ਨੌਜਵਾਨੋ ਵੀਰੋ, ਕਿਸੇ ਨੇ ਕੇਸ ਰੱਖੇ ਹੁਣ, ਉਹਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਕਿ ਤੂੰ ਕੌਣ ਹੈ ਭਾਈ, ਵੇਖਣ ਵਾਲਾ ਕਹਿੰਦਾ ਇਹ ਸਿੱਖ ਹੈ। ਜੇ ਸਿਰ ਦੇ ਉੱਤੇ ਕੇਸ ਕਤਲ ਕੀਤੇ ਹੋਣ, ਮੂੰਹ 'ਤੇ ਦਾੜਾ ਨਾ ਹੋਵੇ, ਉਹ ਨੌਜਵਾਨੋ ਵੀਰੋ, ਬੰਦਾ ਪੁੱਛਣ ਵਾਲਾ ਪੁੱਛਦਾ ਭਾਈ ਸਾਹਿਬ ਤੁਸੀਂ ਕੌਣ ਹੋ, ਭਾਈ ਸਾਹਿਬ ਤੁਸੀਂ ਕੌਣ ਹੋ? ਸਿੱਖ ਦੀ ਪਹਿਚਾਣ ਸਿੱਖ ਦੇ ਕੇਸਾਂ ਤੋਂ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ, ਦਇਆ ਸਿੰਘ ਜੀ ਕੇਸ ਮੇਰੀ ਮੋਹਰ ਹਨ, ਕੇਸ ਮੇਰੀ ਮੋਹਰ ਹਨ। ਜਿਸ ਨੋਟ 'ਤੇ ਮੋਹਰ ਨਾ ਲੱਗਾ ਹੋ ਲੱਗੀ ਹੋਵੇ, ਉਹ ਨੋਟ ਜਾਲੀ ਮੰਨਿਆ ਜਾਂਦਾ, ਡੁਪਲੀਕੇਟ ਮੰਨਿਆ ਜਾਂਦਾ, ਉਹ ਚੱਲਿਆ ਨਹੀਂ ਕਰਦਾ, ਉਹ ਖੋਟਾ ਮੰਨਿਆ ਜਾਂਦਾ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ, ਜਿਹੜਾ ਸਿੱਖ ਕੇਸ ਨਹੀਂ ਰੱਖਦਾ, ਧਰੇ ਕੇਸ ਪੌਲ ਬਿਨ, ਮੂਰਖ ਭੇਖੀ ਸਿੱਖ, ਮੂੜਾ ਭੇਖੀ ਸਿੱਖ, ਮੇਰਾ ਦਰਸ਼ਨ ਨਾਹੀਂ ਤਿਸ, ਪਾਪੀ ਤਿਆਗੇ ਭੇਖ। ਮੇਰੇ ਪਾਤਸ਼ਾਹ ਦਾ ਪੁੱਛਣਾ ਜਿੱਤਿਆ ਕੋਈ ਅੱਗੇ ਨਾ ਵਧਿਆ, ਗਰੀਬ ਨਿਵਾਜ਼, ਉੱਥੇ ਕਿਹੜੀ ਕਿਸੇ ਦੀ ਪਹਿਚਾਣ ਸੀ? ਮੁੱਕਦੀ ਗੱਲ ਕੀ, ਜੇ ਕਿਸੇ ਦੀ ਪਹਿਚਾਣ ਵੀ ਸੀ, ਸਿੱਖ ਸ਼ਾਹੀ ਹਕੂਮਤ ਦੇ ਡਰ ਤੋਂ ਡਰਦੇ ਮਾਰੇ ਘਰਾਂ ਦੇ ਵਿੱਚ ਲੁਕ ਗਏ ਸਨ। ਮਾਫ ਕਰਨਾ, ਮੇਰੇ ਪਾਤਸ਼ਾਹ ਨੇ ਭਾਈ ਜੈਤਾ ਜੀ ਨੂੰ ਬਾਂਹ ਤੋਂ ਫੜ ਕੇ, ਮਾਫ ਕਰਨਾ ਗੱਲ ਨਾਲ ਲਾਉਂਦੇ, ਆਹ ਬਚਨ ਕੀਤਾ, ਸਿੱਖੀ ਦੇ ਵਿੱਚ ਕਾਸਟ ਕਲਰ ਕ੍ਰੀਡ ਨੂੰ ਕੋਈ ਥਾਂ ਨਹੀਂ। ਮੁੱਕਦੀ ਗੱਲ ਕੀ, ਧੰਨ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਭਾਈ ਜੈਤੇ ਨੂੰ ਗੱਲ ਨਾਲ ਲਾ ਕੇ ਬਚਨ ਕਰ ਦਿੱਤਾ ਕਿ ਰੰਗਰੇਟੇ ਗੁਰੂ ਕੇ ਬੇਟੇ। ਪਿਓ ਅਤੇ ਪੁੱਤ ਦੀ ਜਾਤ ਇੱਕ ਹੁੰਦੀ ਕਿ ਦੋ ਹੁੰਦੀਆਂ ਨੇ? ਇੱਕ ਹੁੰਦੀ ਹੈ। ਫਿਰ ਆਖਿਆ ਜੈਤਿਆ, ਹੁਣ ਤਾਂ ਸਿੱਖ ਸ਼ਾਹੀ ਹਕੂਮਤ ਦੇ ਡਰ ਤੋਂ ਡਰਦੇ ਮਾਰੇ ਘਰਾਂ ਵਿੱਚ ਲੁਕ ਗਏ ਨੇ। ਸਮਾਂ ਆਏਗਾ, ਮੈਂ ਇਹੋ ਜਿਹਾ ਸਿੱਖ ਪੈਦਾ ਕਰ ਦਿਆਂਗਾ, ਮੇਰਾ ਸਿੱਖ ਲੱਖਾਂ ਦੇ ਵਿੱਚ ਪਹਿਚਾਣਿਆ ਜਾਏਗਾ। 9 ਵਰੇ ਦੀ ਉਮਰ, 933 ਦੇ ਵਿੱਚੋਂ 9 ਕੱਢ ਲਓ ਕਿੰਨਾ ਬਣਦਾ, 27 ਸਾਲ। ਮਾਫ਼ ਕਰਨਾ ਗੁਰੂ ਕੀ ਸੰਗਤ, 1666 ਅਤੇ 1699 33, 27 ਸਾਲ ਗੁਰੂ ਗੋਬਿੰਦ ਸਿੰਘ ਨੇ ਅੱਜ ਦੇ ਦਿਨ ਦੀ ਤਿਆਰੀ ਕੀਤੀ। ਇੱਕ ਵਾਰੀ ਕਹਿ ਦਿਓ ਬਾਹਰ, ਅੱਜ ਦੇ ਦਿਨ ਦੀ, ਪੰਥ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੇ ਸਾਰੀ ਨਹੀਂ ਸੀ ਸਾਜਿਆ ਗਿਆ, 27 ਸਾਲ ਤਿਆਰੀ ਕੀਤੀ। ਮਾਫ਼ ਕਰਨਾ, ਸਿੱਖਾਂ ਨੂੰ ਬਚਨ ਕਰਦੇ, ਉਪਦੇਸ਼ ਦਿੰਦੇ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਮੁੱਕਦੀ ਗੱਲ ਕੀ, ਫੌਜਾਂ ਰੱਖਣੀਆਂ ਸ਼ੁਰੂ ਕੀਤੀਆਂ, ਅੰਮ੍ਰਿਤ ਛਕਾਉਣ ਤੋਂ ਪਹਿਲਾਂ ਆ ਜਿੰਨੇ 22 ਧਰ ਦੇ ਰਾਜਿਆਂ ਨਾਲ ਜੰਗ ਹੋਏ ਨੇ, ਮਾਫ਼ ਕਰਨਾ, ਇਹ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਪਹਿਲਾਂ ਹੀ ਪੌਂਟੇ ਭੰਗਾਣੀ ਦਾ ਜੰਗ ਲੜਿਆ ਗਿਆ ਸੀ। ਪੌਂਟਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ 3.5 ਸਾਲ ਕਹਿੰਦਾ, ਕੋਈ 4.5 ਸਾਲ ਕਹਿੰਦਾ, 4.5 ਸਾਲ ਮਹਾਰਾਜ ਦਰਿਆਏ ਜਮੁਨਾ ਦੇ ਕੰਢੇ 'ਤੇ ਖਾਲਸਾ ਜੀ ਤਿਆਰੀ ਕਰਦੇ ਰਹਿਣੇ, ਜਾਪ ਸਾਹਿਬ ਵਰਗੀਆਂ, ਅਕਾਲ ਉਸਤਤ ਵਰਗੀਆਂ, ਆ 10ਵਾਂ ਗ੍ਰੰਥ ਜਿਹਦੇ ਬਾਰੇ ਲੋਕ ਕਹਿੰਦੇ ਨੇ ਇਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ। ਉਹ ਸਾਧ ਸੰਗਤ ਜੀ, ਨਿਤਨਿਮ ਦੀਆਂ 5 ਬਾਣੀਆਂ ਦੇ ਵਿੱਚ 3 ਬਾਣੀਆਂ ਗੁਰੂ ਗੋਬਿੰਦ ਸਿੰਘ ਦੀਆਂ ਨੇ, ਉਹ 3 ਬਾਣੀਆਂ 10ਵਾਂ ਗ੍ਰੰਥ ਦੀਆਂ ਨੇ। ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ, ਜੇ 10ਵਾਂ ਗ੍ਰੰਥ ਦੀ ਬਾਣੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ,
ਨਿਤ ਨਿਮ ਦੇ ਵਿੱਚੋਂ ਤਿੰਨ ਬਾਣੀਆਂ ਕੱਢ ਦਿੱਤੀਆਂ ਜਾਣ ਅਤੇ ਬਾਕੀ ਪਿੱਛੇ ਕੀ ਰਹਿ ਜਾਂਦਾ ਖਾਲਸਾ ਜੀ? ਮੁੱਕਦੀ ਗੱਲ ਕੀ, ਤਿੰਨੇ ਬਾਣੀਆਂ ਚੌਪਈ ਸਾਹਿਬ ਰੱਖਿਆ ਵਾਸਤੇ, ਜਾਪ ਸਾਹਿਬ ਮਾਫ ਕਰਨਾ ਜਿਹਦੇ ਵਿੱਚ ਕਿੰਨੀ ਵਾਰੀ ਅਕਾਲ ਪੁਰਖ ਦੀ ਉਸਤਤ ਕੀਤੀ ਹੈ, ਇਸੇ ਤਰ੍ਹਾਂ ਅੰਮ੍ਰਿਤ ਸਵਈਏ ਇਹ ਵੈਰਾਗ ਪੈਦਾ ਕਰਦੇ ਨੇ। ਸਤਸੰਗ ਜੀ ਪੰਜ ਬਾਣੀਆਂ, ਸਮਾਂ ਆਇਆ। ਕਲਗੀਧਰ ਪਾਤਸ਼ਾਹ ਨੇ, ਲੋਕ ਉਡੀਕ ਰਹੇ ਸਨ, ਪਿਊਪਲਜ ਆਰ ਫਾਰ ਦਾ ਵੇਟ ਆਫ ਦੈਟ ਟਾਈਮ, ਕਿ ਕੋਈ ਅੱਗੇ ਵਧੇ। ਇੱਕ ਵਾਰੀ ਹੱਥਾਂ ਦੀਆਂ ਲਾ ਲਈਏ, ਜਿਨ੍ਹਾਂ ਨੇ ਕਿਸੇ ਨੇ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਹੁੰਦਾ ਤੱਕਿਆ ਸੀ, ਕੋਈ ਉਦੋਂ ਮਨ ਬਣਾ ਬੈਠਾ ਸੀ, ਕੋਈ ਸਮਾਂ ਆਇਆ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਆਪਣੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਦੇ ਲੇਖੇ ਲਾਵਾਂਗਾ, ਪੂਰਾ ਪੱਛਮ ਉੱਤਰ ਦੱਖਣ, ਸੋ ਮੈਨੀ ਟਾਈਮ ਐਕਸਪਲੇਨ ਇਨ ਸਤਸੰਗ ਕੀਰਤਨ। ਜੇ ਅੱਜ ਦੀ ਤਰ੍ਹਾਂ ਮੀਡੀਆ ਦਾ ਜ਼ਮਾਨਾ ਹੁੰਦਾ ਅਤੇ ਜਿਸ ਦਿਨ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਹੈ, ਸ਼ਾਇਦ ਸਾਰਾ ਹਿੰਦੁਸਤਾਨ ਹੀ ਅੰਮ੍ਰਿਤ ਛਕ ਲੈਂਦਾ ਖਾਲਸਾ ਜੀ। ਲੋਕ ਜ਼ਿੰਦਗੀ ਦੇ ਨਾਲੋਂ ਮੌਤ ਨੂੰ ਚੰਗਾ ਸਮਝਣ ਲੱਗ ਪਏ ਸਨ। ਕਾਹਦੀ ਜ਼ਿੰਦਗੀ ਮੁੱਕਦੀ ਗੱਲ ਕੀ, ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ। ਮੁਹੰਮਦ ਗਜਨਵੀ ਵਰਗੇ, ਇੱਥੋਂ ਸ਼ਾਹ ਕਿ ਅਹਿਮਦ ਸ਼ਾਹ ਅਬਦਾਲੀ ਵਰਗੇ, ਨਾਦਰ ਸ਼ਾਹ ਵਰਗੇ, ਇੱਥੋਂ ਤੱਕ ਕਿ ਜਿੰਨੇ ਮੁਗਲ ਰਾਜੇ ਆਏ, ਹਿੰਦੁਸਤਾਨ ਦੀ ਸੁੰਦਰਤਾ, ਮੇਰੇ ਕਹਿਣ ਤੋਂ ਭਰਾ ਭਾਵ, ਚੰਗੀ ਤੋਂ ਚੰਗੀ ਧੀ ਭੈਣ ਬਹੂ ਬੇਟੀ ਅਤੇ ਚੰਗੇ ਤੋਂ ਚੰਗੇ ਸੋਨਾ ਗਹਿਣਾ ਇਤਿਹਾਸ, ਇੱਕ ਲੰਗੜਾ ਜਿਹਾ ਤੈਮੂਰ ਲੰਘ ਜਿਹਨੇ ਹਿੰਦੁਸਤਾਨ ਨੂੰ ਬਾਰ੍ਹਾਂ ਵਾਰੀ ਲੁੱਟਿਆ, ਉਹ ਕਹਿੰਦਾ ਮੈਨੂੰ ਅਜੇ ਇਹੀ ਨਹੀਂ ਪਤਾ ਲੱਗ ਰਿਹਾ ਕਿ ਹਿੰਦੁਸਤਾਨ 'ਚ ਸੋਨਾ ਕਿੰਨਾ ਕੁ ਹੈ। ਮਾਫ ਕਰਨਾ ਗੁਰੂ ਕੀ ਸੰਗਤ, ਇਹੋ ਜਿਹੇ ਸਮੇਂ ਵਿੱਚ ਮੇਰੇ ਪਾਤਸ਼ਾਹ ਨੇ ਚਿੱਠੀਆਂ ਲਿਖੀਆਂ, ਸੱਦੇ ਲਿਖੇ, ਪੱਤਰ ਲਿਖੇ, ਮਾਫ ਕਰਨਾ ਮੀਡੀਏ ਦਾ ਮੀਡੀਆ ਕੀ ਸੀ, ਇੱਥੋਂ ਇੱਕ ਸਿੰਘ ਨੂੰ, ਇੱਕ ਸਿੰਘ ਦੇਖੋ ਮਹਾਰਾਜ ਦੇ ਪ੍ਰਚਾਰ ਦਾ ਢੰਗ, ਇਹ ਆਹ ਪਿੰਡ ਹੈ, ਇੱਥੇ ਇੱਕ ਸਿੱਖ ਨੂੰ ਕਿਹਾ, ਉਸ ਸਿੰਘ ਨੇ ਦੂਜੇ ਪਿੰਡ ਕਹਿਤਾ, ਦੂਜੇ ਸਿੱਖ ਨੇ ਤੀਜੇ ਪਿੰਡ ਕਹਿਤਾ, ਤੀਜੇ ਨੇ ਚੌਥੇ। ਮਾਫ ਕਰਨਾ ਗੱਲ ਐਂ ਫੈਲਦੀ ਗਈ। 1699 ਦੀ ਵਿਸਾਖੀ ਨੂੰ ਮੁੱਖ ਰੱਖ ਕੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਕ ਵੰਗਾਰ ਭਰੀ, ਇੱਕ ਲਲਕਾਰ ਭਰੀ। ਸਤਸੰਗ ਜੀ, ਇੱਕ ਵੰਗਾਰ ਭਰੀ, ਇੱਕ ਲਲਕਾਰ ਭਰੀ ਚਿੱਠੀ ਲੈਟਰ ਲਿਖਿਆ, ਗੁਰੂ ਨਾਨਕ ਦੀ ਇਹ ਸੰਗਤ ਹੈ, ਮਾਫ ਕਰਨਾ, ਇਸ ਵਾਰੀ ਅਨੰਦਪੁਰ ਸਾਹਿਬ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ। ਕੋਈ ਖਾਸ ਪ੍ਰੋਗਰਾਮ ਉਲੀਕਣਾ, ਕੋਈ ਖਾਸ ਪ੍ਰੋਗਰਾਮ ਉਲੀਕਣਾ, ਖਾਲਸਾ ਜੀ ਪੂਰਾ ਪੱਛਮ ਉੱਤਰ ਦੱਖਣ, ਬੱਲੇ ਬੱਲੇ ਬੱਲੇ, ਇੱਕ ਲਾਹੌਰ ਤੋਂ ਦਇਆ ਰਾਮ ਦਇਆ ਲੈ ਕੇ ਆਇਆ, ਇੱਕ ਧਰਮਚੰਦ ਦਿੱਲੀ ਤੋਂ ਧਰਮ ਲੈ ਕੇ ਆਇਆ, ਇੱਕ ਹਿੰਮਤ ਰਾਏ ਝੀਰਾਂ ਦੇ ਘਰਾਣੇ ਨਾਲ ਸੰਬੰਧ ਰੱਖਣ ਵਾਲਾ ਹਿੰਮਤ ਰੱਖ ਕੇ ਆਇਆ, ਇੱਕ ਸਾਹਿਬ ਚੰਦ ਨਾਈਆਂ ਦੇ ਘਰਾਣੇ ਨਾਲ ਸੰਬੰਧ ਰੱਖਣ ਵਾਲਾ ਗੁਰੂ ਕਾ ਸਾਹਿਬ ਬਣ ਕੇ ਆਇਆ, ਇੱਕ ਭਾਈ ਮੋਹਕਮ ਚੰਦ ਜਾਤ ਦਾ ਸ਼ੀਪਾ। ਸਤਸੰਗ ਜੀ, ਮੁੱਕਦੀ ਗੱਲ ਕੀ, ਇਹ ਮੋਹ ਦੀ ਦੀਵਾਰ ਕੱਟ ਕੇ ਆਇਆ, ਐਵੇਂ ਨਹੀਂ ਖੜ੍ਹੇ ਹੋਏ, ਇਹਨਾਂ ਦੀ ਪਿਛਲੀ ਤਪੱਸਿਆ ਬੜੀ ਸੀ। ਭਾਈ ਦਇਆ ਰਾਮ ਦਾ ਪਹਿਲਾ ਜਨਮ, ਤ੍ਰੇਤਾ ਯੁੱਗ ਦੇ ਅਵਤਾਰ ਸ਼੍ਰੀ ਰਾਮ ਚੰਦਰ ਦੇ ਪੁੱਤਰ ਲਵ ਹੋਏ ਨੇ, ਪਹਿਲਾ ਜਨਮ ਭਾਈ ਦਇਆ ਰਾਮ ਜੀ ਦਾ ਲਵ ਸੀ। ਦੂਜੇ ਨੰਬਰ 'ਤੇ ਭਾਈ ਧਰਮ ਚੰਦ, ਉਹ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ, ਇਹ ਭਗਤ ਧੰਨੇ ਦਾ ਅਵਤਾਰ ਸਨ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਤੀਜੇ ਨੰਬਰ 'ਤੇ, ਮਾਫ ਕਰਨਾ, ਤੀਜੇ ਨੰਬਰ 'ਤੇ ਭਾਈ ਮੋਹਕਮ ਸਿੰਘ,
ਪਹਿਲਾ ਨਾਮ ਮੋਹਕਮ ਚੰਦ ਸੀ, ਇਹ ਭਗਤ ਨਾਮਦੇਵ ਦਾ ਅਵਤਾਰ ਸੀ। ਚੌਥੇ ਨੰਬਰ 'ਤੇ ਭਗਤ ਭਾਈ ਸਾਹਿਬ ਚੰਦ ਜੋ ਅੰਮ੍ਰਿਤ ਛਕ ਕੇ ਸਾਧ ਸਿੰਘ ਬਣੇ, ਇਹ ਭਗਤ ਸੈਣ ਦਾ ਅਵਤਾਰ ਸੀ। ਸੈਣ ਨਾਇ ਬੁਧਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ, ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਚ ਪੰਜਵੇਂ ਨੰਬਰ 'ਤੇ ਭਾਈ ਹਿੰਮਤ ਰਾਏ, ਇਹ ਚਤੁਰਭੁਜੀ ਭਗਵਾਨ ਨੂੰ ਫੜਨ ਵਾਲੇ, ਮੁੱਕ ਦੀ ਗੱਲ ਕੀ ਫੰਦਕ ਦਾ ਅਵਤਾਰ ਸਨ। ਕਿਤੇ ਸਮਾਂ ਬਣਿਆ ਤੇ ਇਹਦੇ ਬਾਰੇ ਵਿਚਾਰ ਕਰਾਂਗੇ। ਪੰਜੇ ਪਿਆਰੇ, ਪੰਜੇ ਗਰੀਬ ਘਰਾਂ ਨਾਲ ਸੰਬੰਧ ਰੱਖਣ ਵਾਲੇ, ਮਾਫ ਕਰਨਾ ਸੱਪਾਂ ਦੀਆਂ ਸਰੀਆਂ, ਮਿਧ ਦੇ ਆਏ ਅੱਜ ਗੁਰਤਾ ਗੁਰਗੱਦੀ ਦੀ ਥਾਂ 'ਤੇ ਅੱਜ ਗੁਰਤਾ ਗੁਰਗੱਦੀ ਦੀ ਥਾਂ 'ਤੇ ਅੱਜ ਤਖ਼ਤ ਲੱਗਾ ਹੋਇਆ। 80,000 ਦੀ ਗਿਣਤੀ ਉਸ ਪੰਡਾਲ ਦੇ ਵਿੱਚ ਸੀ, ਮਾਫ ਕਰਨਾ, ਜਿੱਥੇ ਗੁਰੂ ਗੋਬਿੰਦ ਸਿੰਘ ਨੇ ਸਿਰਾਂ ਦੀ ਮੰਗ ਕੀਤੀ। ਸੱਜਣੋ, ਇੱਕ ਗੱਲ ਨਾ ਭੁੱਲਣਾ, ਜਿਹੜਾ ਆਪਣੇ ਗੁਰੂ 'ਤੇ ਸ਼ੰਕਾ ਕਰਦਾ ਨਾ, ਜਿੰਨੀ ਮਰਜ਼ੀ ਤਪੱਸਿਆ ਕਰ ਲੈ ਅਤੇ ਜਿੰਨੀ ਮਰਜ਼ੀ ਸੇਵਾ ਕਰ ਲੈ, ਉਹਦੀ ਕੋਈ ਭਾਵਨਾ ਪੂਰੀ ਨਹੀਂ ਹੋ ਸਕਦੀ। ਖਾਲਸਾ ਜੀ, ਮਾਫ ਕਰਨਾ, ਗੁਰ ਮੇਰੀ ਪੂਜਾ, ਗੁਰ ਗੋਬਿੰਦ, ਗੁਰ ਪਰਮੇਸ਼ਰ ਏਕੋ ਜਾਣ, ਜੋ ਤੁਸ ਭਾਵੈ ਸੋਈ ਪ੍ਰਵਾਨ। ਮੁੱਕ ਦੀ ਗੱਲ ਕੀ ਖਾਲਸਾ ਜੀ, ਅੱਜ ਸਮਾਂ ਬੀਤਦਾ ਤੁਰਿਆ ਜਾਂਦਾ, ਰਾਗੀ ਕੀਰਤਨ ਕਰ ਰਹੇ ਨੇ, ਕੋਈ ਕਿਸੇ ਦੇ ਕੰਨ ਨਾਲ ਮੂੰਹ ਲਾ ਕੇ ਗੱਲਾਂ ਕਰਦਾ, ਯਾਰ ਗੁਰੂ ਸਾਹਿਬ ਆਏ ਨਹੀਂ, ਕੋਈ ਕਿਸੇ ਦੇ, ਕੋਈ ਕਿਸੇ ਦੇ, ਕੋਈ ਕਿਸੇ ਦੇ। ਮਾਫ ਕਰਨਾ, ਅਤੇ ਸਿੱਖ ਇੱਕ ਦੂਜੇ ਨੂੰ ਕਹਿੰਦੇ ਸਬਰ ਕਰ, ਆ ਚਿੱਠੀ ਪੜ੍ਹ, ਕੀ ਲਿਖਿਆ ਲੈਟਰ 'ਤੇ, ਖਾਸ ਪ੍ਰੋਗਰਾਮ ਲਿਖਣਾ, ਖਾਸ ਪ੍ਰੋਗਰਾਮ ਦੀਆਂ ਤਿਆਰੀਆਂ ਵੀ ਖਾਸ ਹੋਇਆ ਕਰਦੀਆਂ ਨੇ। ਮੁੱਕ ਦੀ ਗੱਲ ਕੀ ਸਤਸੰਗ ਜੀ, ਆਖਿਆ ਆ ਜਾਂਦੇ ਨੇ, ਠਹਿਰੋ, ਦਿਨ ਦੇ 10 ਵੱਜ ਗਏ, 11 ਵਜੇ ਮੁੱਕ ਦੀ ਗੱਲ ਕੀ ਖਾਲਸਾ ਜੀ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦੇ ਚਿਹਰੇ 'ਤੇ ਅੱਜ ਇੰਨਾ ਜਲਾਲ ਸੀ ਜੇ ਲੱਖਾਂ ਸੂਰਜ ਵੀ ਚੜ੍ਹ ਜਾਣਾ, ਅਤੇ ਗੁਰੂ ਗੋਬਿੰਦ ਸਮਾਰ ਦੇ ਸਰੂਪ ਦੀ ਚਿਹਰੇ ਦੀ ਲਾਲੀ ਲੱਖਾਂ ਸੂਰਜਾਂ ਦੇ ਸਾਹਮਣੇ ਮੱਧਮ ਪੈਂਦੀ ਸੀ, ਜਿਵੇਂ ਸੂਰਜ ਅੱਗੇ ਹਨੇਰਾ ਨਹੀਂ ਖੜ ਸਕਦਾ। ਬੱਲੇ ਬੱਲੇ, ਅੱਜ ਮਾਰ ਦੇ ਚਿਹਰੇ 'ਤੇ ਕਮੀਜ਼ ਸੀ, ਇੱਕ ਜਲਾਲ ਸੀ, ਇੱਕ ਹੋਪ ਸੀ, ਅੱਜ ਮਹਾਰਾਜ ਦੇ ਚਿਹਰੇ 'ਤੇ, ਮਾਫ ਕਰਨਾ, ਹਿੰਦੁਸਤਾਨ ਦੀ ਤਕਦੀਰ ਦੀ ਝਲਕ ਦਿਖਾਈ ਦਿੰਦੀ ਸੀ ਅੱਜ ਨੈਣਾਂ ਦੇ ਵਿੱਚ। ਮਾਫ ਕਰਨਾ, ਗਊ ਅਤੇ ਗਰੀਬ ਦੇ ਪ੍ਰਤੀ ਦਇਆ ਨਜ਼ਰ ਆਉਂਦੀ ਸੀ। ਕਹਿੰਦੇ ਕਰਦੇ ਕਰਦੇ ਸਮਾਂ ਬੀਤਦਾ ਤੁਰਿਆ ਜਾਂਦਾ, 11:30 ਵਜੇ ਮੇਰੇ ਪਾਤਸ਼ਾਹ ਅੱਜ ਸਾਹਮਣੇ ਨਹੀਂ ਆਏ, ਤੰਬੂ ਦੇ ਪਿਛਲੇ ਪਾਸਿਓਂ ਛਾਲ ਮਾਰ ਕੇ ਚੜ੍ਹੇ ਸਟੇਜ ਉੱਤੇ, ਲਾਲੀ ਅੱਖਾਂ 'ਤੇ ਚਿਹਰੇ ਨੂੰ ਚੜ੍ਹੀ ਹੋਈ ਸੀ, ਇੱਕ ਚਮਕਦੀ ਹੱਥ ਵਿੱਚ ਤੇਗ ਹੈ ਸੀ, ਮਸਤੀ ਹੋਰ ਵੀ ਮੱਥੇ 'ਤੇ ਮੜੀ ਹੋਈ ਸੀ। ਵੇਖਣ ਵਾਲਿਆਂ ਨੂੰ ਇੰਜ ਜਾਪਦਾ ਸੀ ਹੁਣੀ ਆਣ ਕੇ ਕਿਸੇ ਦੀ ਖੜੀ ਹੋਈ ਸੀ, ਹੈਂ ਹੈਂ ਆਹ ਕੀ ਹੋ ਰਿਹਾ। ਪਹਿਲੇ ਸਤਿਗੁਰੂ ਪਾਤਸ਼ਾਹ 'ਤੇ ਇਵੇਂ ਦਰਸ਼ਨ ਨਹੀਂ ਚੜ੍ਹ ਦਿੰਦੇ, ਇੱਕ ਵਾਰੀ ਕਹਿ ਦਿਓ ਬਹਿਰੂ, ਪਹਿਲੇ ਸਤਿਗੁਰੂ ਪਾਤਸ਼ਾਹ ਨੇ ਤਾਂ ਇਹੋ ਜਿਹਾ ਵਿਲੱਖਣ ਰੂਪ ਨਹੀਂ ਸੀ ਧਾਰਨ ਕੀਤਾ, ਅੱਜ ਸਤਿਗੁਰੂ ਪਾਤਸ਼ਾਹ ਕਿਸ ਰੂਪ ਦੇ ਵਿੱਚ ਆਏ ਨੇ। ਮੁੱਕ ਦੀ ਗੱਲ ਕੀ, ਮੈਨੂੰ ਖਿੱਚ ਹਜ਼ੂਰ ਨੇ ਕਿਹਾ ਇੱਦਾਂ ਸਿਰ ਦਿਓ ਕੋਈ ਹੇਠ ਕਿਰਪਾਨ ਆ ਕੇ ਇਕੱਠੇ ਕਰਕੇ ਜੱਟ ਝੂਰ ਛਿੰਬੇ, ਪੰਜਾਂ ਜਾਤਾਂ ਦੇ ਸਿੱਖ ਸਨ, ਇਕੱਠੇ ਕਰਕੇ ਜੱਟ ਝੂਰ ਛਿੰਬੇ, ਬਨਾਉਣਾ ਸਭਨਾਂ ਨੂੰ ਇੱਕੋ ਜਿਹਾ ਵੀਰ ਚਾਹੁੰਦਾ, ਜਿਹੜੀ ਸਦੀਆਂ ਤੂੰ ਸੌਂਗੀ ਕਿਸਮਤ ਹਿੰਦੁਸਤਾਨ ਵਾਲੀ, ਬਦਲਣੀ ਨਵੀਂ ਮੈਂ ਇਹਦੀ ਕੋਈ ਤਕਦੀਰ ਚਾਹੁੰਦਾ, ਜਿਹੜੀ ਮਾਰਿਆ ਮੁਕਾਇਆ ਨਾ ਮਿਲ ਸਕੇ, ਬਨਾਉਣੀ ਇਹੋ ਜਿਹੀ ਕੋਈ ਤਸਵੀਰ ਚਾਹੁੰਦਾ। ਮੇਰੇ ਕਲਗੀਧਰ ਪਾਤਸ਼ਾਹ ਨੇ ਜੀ
ਆਉਂਦੇ ਸਾਰ ਆਖਿਆ ਗੁਰੂ ਨਾਨਕ ਦੀ ਇਹ ਸੰਗਤ ਧਰਮ ਖਤਰੇ ਵਿੱਚ ਹੈ, ਧਰਮ ਖਤਰੇ ਵਿੱਚ ਹੈ, ਧਰਮ ਖਤਰੇ ਵਿੱਚ ਹੈ। ਆਉਂਦੇ ਸਾਰ ਮੇਰੇ ਕਲਗੀਧਰ ਪਾਤਸ਼ਾਹ ਨੇ ਇਉਂ ਇੱਕ ਲਲਕਾਰ ਭਰੀ, ਇੱਕ ਵੰਗਾਰ ਭਰੀ ਆਵਾਜ਼ ਦੇ ਵਿੱਚ ਕਿਹਾ, ਗੁਰੂ ਨਾਨਕ ਦੀ ਇਹ ਸੰਗਤ ਮੈਨੂੰ ਇੱਕ ਸਿਰ ਦੀ ਲੋੜ ਹੈ, ਆਈ ਆਰ ਨੀਡ ਅ ਵਨ ਹੈੱਡ, ਮੈਨੂੰ ਇੱਕ ਸਿਰ ਦੀ ਲੋੜ ਆ, ਇੱਕ ਸਿਰ ਦੀ ਲੋੜ ਆ। ਇੱਕ ਵਾਰੀ ਕਿਹਾ, ਦੋ ਵਾਰੀ ਕਿਹਾ, ਮਾਫ ਕਰਨਾ। ਨਾਲ ਇਹ ਵੀ ਕਹੀ ਜਾਂਦੇ ਸਨ, ਧਰਮ ਖਤਰੇ ਵਿੱਚ ਆ। ਕੋਈ ਨਿਤਰੇ ਮੈਦਾਨ ਵਿੱਚ ਸੂਰਮਾ, ਕੋਈ ਨਿਤਰੇ ਨਿਤਰੇ ਮੈਦਾਨ ਵਿੱਚ ਸੂਰਮਾ, ਉਹ ਬਾਜਾ ਵਾਲਾ ਸੀਸ ਮੰਗਦਾ ਤੰਗ ਤੇ ਸੰਗ ਤੇ, ਉਹ ਬਾਜਾ ਵਾਲਾ ਸੀਸ ਮੰਗਦਾ ਜੀ ਕੋਈ ਨਿਤਰੇ। ਚਿੱਤ ਮੰਗਦਾ ਪਿਆਰਿਓ ਪਿਆਰਿਓ, ਉਹ ਬਾਜਾ ਵਾਲਾ ਚਿੱਤ ਮੰਗਦਾ ਕੋਈ ਨਿਤਰੇ। ਕੋਈ ਨਿਤਰੇ
ਲਲਕਾਰ ਭਰੀ ਆਵਾਜ਼ ਦੇ ਵਿੱਚ ਇੱਕ ਸਿਰ ਦੀ ਮੰਗ ਕੀਤੀ, ਚੁੱਪ ਦਾ ਸਨਾਟਾ ਛਾ ਗਿਆ। 80,000 ਬੰਦੇ ਦੀਆਂ ਜਮਾਨਾਂ ਇੰਜ ਸਨ ਜਿਵੇਂ ਕੋਈ ਗੂੰਗੇ ਬੈਠੇ ਹੋਣ ਕਾਲ ਸਾਹਿਬ। ਇੱਕਦਮ ਚੁੱਪ ਦਾ ਸਨਾਟਾ ਅਤੇ ਸਾਰਿਆਂ ਨੂੰ ਉਸ ਤਲਵਾਰ ਦੇ ਸਾਹਮਣੇ ਆਪਣੀ ਮੌਤ ਨਜ਼ਰ ਆਉਣ ਲੱਗ ਗਈ। ਮਹਾਰਾਜ ਨੇ ਇੱਕ ਵਾਰੀ ਕਿਹਾ, ਦੂਜੀ ਵਾਰੀ ਕਿਹਾ, ਗੁਰੂ ਨਾਨਕ ਦੀ ਸੰਗਤ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਧਰਮ ਖਤਰੇ 'ਚ, ਖਤਰੇ 'ਚ, ਧਰਮ ਖਤਰੇ 'ਚ, ਧਰਮ ਢਹਿੰਦੀ ਕਲਾ 'ਚ ਜਾ ਰਿਹਾ। ਜਿਹੜੀ ਆਵਾਜ਼ ਬਾਬੇ ਨਾਨਕ ਨੇ ਦਿੱਤੀ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਮੁੱਕਦੀ ਗੱਲ ਕਿਉਂਕਿ ਉੱਠੇ ਖਾਲਸਾ ਜੀ। ਦੂਜੀ ਵਾਰੀ ਫਿਰ ਕਿਹਾ, ਫੁੱਟਬਾਲ ਖੇਡਦੇ ਨੇ ਖਿਡਾਰੀ, ਹੌਕੀਆਂ ਖੇਡਦੇ ਨੇ ਡੰਡਿਆਂ ਨਾਲ, ਇੱਥੇ ਪ੍ਰੇਮ ਦੀ ਖੇਡ ਮੌਤ ਨਾਲ ਖੇਡੀ ਜਾ ਰਹੀ ਹੈ। ਕਹਿੰਦੇ ਵੈਰ ਨੂੰ ਇੱਥੇ ਪ੍ਰੇਮ ਦੀ ਮੌਤ ਖੇਡ ਮੌਤ ਨਾਲ ਖੇਡੀ ਜਾ ਰਹੀ ਹੈ। ਜੇ ਤੂੰ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੁੜੀ ਆਓ, ਇਹ ਤਾਂ ਮਾਰ ਕੇ ਪੈਰ ਤਰੀਜਾ ਖਾਲਸਾ ਜੀ। ਕੋਈ ਉੱਠੋ, ਉੱਠੋ ਬਾਈ ਸਤਸੰਗ ਜੀ। ਜਦੋਂ ਕੋਈ ਨਹੀਂ ਉੱਠਿਆ ਦੂਜੀ ਵਾਰੀ ਕਹਿਣ ਤੇ ਮਹਾਰਾਜ ਨੇ ਆਖਿਆ, ਸਿੰਘੋ ਗੁਰੂ ਨਾਨਕ ਦੀ ਦੇ ਸਿੱਖੋ, ਲੱਗਦਾ ਧਰਤੀ ਸੂਰਮਿਆਂ ਤੋਂ ਖਾਲੀ ਹੋ ਗਈ ਹੈ। ਲੱਗਦਾ ਇਸ ਧਰਤੀ 'ਤੇ ਕੋਈ ਸੂਰਮਾ ਨਹੀਂ ਰਿਹਾ, ਰਾਮ ਚੰਦਰ ਕ੍ਰਿਸ਼ਨ ਵਰਗੇ ਅਵਤਾਰਾਂ ਦੀ ਧਰਤੀ 'ਤੇ, ਭੀਮ ਸੈਨ ਅਰਜਨ ਵਰਗਿਆਂ ਦੀ ਧਰਤੀ 'ਤੇ, ਅਰਜਨ ਵਰਗਿਆਂ ਦੀਆਂ ਕਮਾਣਾਂ ਖੁੰਡੀਆਂ ਪੈ ਚੁੱਕੀਆਂ ਨੇ, ਲੱਗਦਾ ਧਰਤੀ ਸੂਰਮਿਆਂ ਤੋਂ ਖਾਲੀ ਹੋ ਚੁੱਕੀ ਹੈ। ਪਰ ਸਾਧ ਸੰਗਤ ਜੀ, ਜਦੋਂ ਤੀਜੇ ਵਾਰੀ ਤੀਜੇ ਸਿਰ ਦੀ ਮੰਗ ਕੀਤੀ, ਲਾਹੌਰ ਦੇ ਰਹਿਣ ਵਾਲੇ ਖੱਤਰੀਆਂ ਦੇ ਘਰਾਨੇ ਨਾਲ ਸੰਬੰਧ ਰੱਖਣ ਵਾਲੇ ਭਾਈ ਦਇਆ ਰਾਮ ਜੀ ਉੱਠ ਖਲੋਤੇ ਹੋਏ, ਆਖਿਆ, ਗਰੀਬ ਨਿਵਾਜ ਮੈਂ ਹਾਜ਼ਰ ਹਾਂ, ਮੇਰਾ ਸਿਰ ਲੈ ਲਓ। ਮਰ ਕਹਿੰਦੇ ਤੇਰਾ ਨਾਂ ਕੀ ਆ? ਆ ਜਿਹੜੇ ਕਸਾਈ ਬੱਕਰੇ ਵੱਢਦੇ ਨੇ, ਝਟਕਾਉਂਦੇ ਨੇ, ਲੋਕ ਦੁਕਾਨਾਂ ਤੋਂ ਲੈਂਦੇ ਨੇ, ਆ ਇੱਥੇ ਵੀ ਅੱਜ ਕੱਲ੍ਹ ਜਿਹੜੇ ਦੁਕਾਨਾਂ ਦੇ ਹੁੰਦੇ ਨੇ, ਪਤਾ ਨਹੀਂ ਪਿੱਛੋਂ ਵੱਢ ਕੇ ਲਿਆਉਂਦੇ ਨੇ ਆ। ਪਰ ਰਾਤ ਦੇ 2 ਵਜੇ ਲਾਹੌਰ ਸ਼ਹਿਰ ਦੇ ਅੰਦਰ ਉਸ ਜ਼ਮਾਨੇ ਦੀ ਜਿਹੜੀ ਜਨਤਾ ਸੀ ਨਾ, ਜਨਤਾ, ਉਹਨਾਂ ਦੇ ਰਾਤ ਦੇ 2 ਵਜੇ ਉਹਨਾਂ ਦੇ ਮਰਡਰ ਕੀ ਹੋਣੇ ਸ਼ੁਰੂ ਹੋ ਜਾਂਦੇ ਸਨ। ਮਹਾਰਾਜ ਤੇਰਾ ਨਾਮ ਠਾਮ ਕਿੱਥੋਂ ਦੇ ਰਹਿਣ ਵਾਲਾ? ਮੈਂ ਜੀ, ਨਾਮ ਤੇ ਮੇਰਾ ਭਾਈ ਦਇਆ ਰਾਮ, ਮੈਂ ਲਾਹੌਰ ਦੇ ਰਹਿਣ ਵਾਲਾ। ਉਹ ਮਹਾਰਾਜ ਕਹਿੰਦੇ, ਲਾਹੌਰ ਕੀ ਤੇ ਦਇਆ ਕੀ? ਜਿੱਥੇ ਵਚਨ ਕੀਤਾ ਨੇ ਪਾਤਸ਼ਾਹ ਨੇ, ਲਾਹੌਰ ਸ਼ਹਿਰ ਯਾਰ ਕੈਰ ਸਵਾ ਪੈਰ, ਸਵਾ ਪੈਰ ਰਾਤ ਰਹਿੰਦੀ ਜਿੱਥੇ ਜ਼ੁਲਮ ਹੁੰਦਾ ਨੇ। ਆਖਿਆ, ਦਇਆ ਰਾਮ, ਜੇ ਲਾਹੌਰ ਤੂੰ ਦਇਆ ਚੱਲ ਕੇ ਆ ਗਈ ਹੈ, ਜਿੱਥੇ ਸੂਰਜ ਨਿਕਲ ਤੋਂ ਪਹਿਲਾਂ ਜ਼ੁਲਮ ਹੁੰਦਾ ਨੇ, ਤਾਂ ਮੇਰਾ ਪੰਥ ਜ਼ਰੂਰ ਅੱਗੇ ਵਧੇਗਾ। ਮਹਾਰਾਜ ਦਸਵੇਂ ਪਾਤਸ਼ਾਹ ਨੇ ਆਖਿਆ, ਦਇਆ ਰਾਮ ਜੀ, ਅਸੀਂ 3 ਵਾਰੀ ਸਿਰ ਮੰਗਿਆ, 1 ਵਾਰੀ ਕਿਹਾ, 2 ਵਾਰੀ ਕਿਹਾ, 3ਜੀ ਵਾਰੀ ਕਿਹਾ, ਕਿ ਸਾਡੀ ਪਹਿਲੀ ਆਵਾਜ਼ ਤੇਰੇ ਕੰਨਾਂ 'ਚ ਨਹੀਂ ਸੀ ਪਈ, ਪਈ ਨਹੀਂ, ਪਹਿਲੀ ਨਹੀਂ ਪਈ ਤਾਂ ਦੂਜੀ ਪੈਣੀ ਚਾਹੀਦੀ ਸੀ। ਆਖਿਆ, ਗਰੀਬ ਨਿਵਾਜ, ਆਵਾਜ਼ਾਂ ਤਾਂ ਆਪ ਜੀ ਦੀਆਂ ਮੇਰੇ ਕੰਨਾਂ 'ਚ 3 ਪੈ ਗਈਆਂ ਸਨ। ਮੈਂ ਸੋਚਦਾ ਸਾਂ, ਦਇਆ ਰਾਮ, ਸਿਰ ਤਾਂ ਗੁਰੂ ਸਾਹਿਬ ਦਾ ਉਸੇ ਦਿਨ ਦਾ ਹੀ ਹੋ ਗਿਆ ਸੀ ਜਿਸ ਦਿਨ ਮਹਾਰਾਜ ਦੇ ਚਰਨੀ ਲੱਗੇ ਸਾਂ। ਅਤੇ ਰਹੀ ਗੱਲ ਸਿਰ ਦੀ, ਸਿਰ ਤਾਂ ਸਤਿਗੁਰੂ ਪਾਤਸ਼ਾਹ ਦੀ
ਅਮਾਨਤ ਤੁਰੀ ਆਉਂਦੀ ਮੇਰੇ ਵੱਲ, ਮਹਾਰਾਜ ਮੇਰਾ ਸਿਰ ਲੈ ਲਓ। ਮੁੱਕਦੀ ਗੱਲ ਕੀ, ਪਾਤਸ਼ਾਹ ਨੇ ਆਖਿਆ ਦਇਆ ਰਾਮ ਲੜੇਗਾ? ਆਖਿਆ ਮਰ ਮੈਂ ਲੜਾਂਗਾ। ਛੋਟੀ ਜਿਹੀ ਲਾਹੌਰ ਦੇ ਵਿੱਚ ਕਰਿਆਨੇ ਦੀ ਦੁਕਾਨ ਹੈ, ਸਾਰਾ ਦਿਨ ਖੰਡ ਘਿਓ ਲੂਣ ਤੇਲ ਤੋਲਦੇ ਦਾ ਨਿਕਲ ਜਾਂਦਾ। ਮਾਫ਼ ਕਰਨਾ, ਸਵਾਲ ਤਲਵਾਰ ਫੜ ਕੇ ਜੰਗ ਦੇ ਮੈਦਾਨ ਵਿੱਚ ਜਾਵਾਂ? ਕੰਮ ਹਮਾਰਾ ਤੋਲਣ ਤੱਕੜੀ ਨੰਗੀ ਛੁਰੀ, ਕਦੇ ਨਹੀਂ ਪਕੜੀ ਚਿੜੀ ਉੜੇ ਤੋਂ ਹਮ ਡਰ ਜਾਏ, ਤੇਗ ਪਕੜ ਕੈਸੇ ਰਣ ਮੈਂ ਜਾਏ। ਮਾਫ਼ ਕਰਨਾ ਮੇਰੇ ਕਲਗੀਧਰ ਪਾਤਸ਼ਾਹ ਕਹਿੰਦੇ ਦਇਆ ਰਾਮ, ਜੇ ਚਿੜੀਆਂ ਤੂੰ ਨਾ ਡਰਦੇ, ਜੇ ਕਟਾਰਾਂ ਤਲਵਾਰਾਂ ਫੜ ਲੈਂਦੇ, ਕੌਣ ਜੰਮਿਆ ਸੀ ਭਾਰਤ ਦੀ ਗੈਰਤ ਅਣਖ ਨੂੰ ਵੰਗਾਰਨ ਵਾਲਾ? ਪਰ ਦਇਆ ਰਾਮ ਯਾਦ ਰੱਖੀ ਹੋਏ, ਮੈਂ ਚਿੜੀਆਂ ਤੋਂ ਬਾਜ ਤੜਵਾ ਦਿਆਂਗਾ, ਮੈਂ ਗਿੱਦੜਾਂ ਤੋਂ ਸ਼ੇਰ ਮਰਵਾ ਦਿਆਂਗਾ, ਮੈਂ 125,000 ਨਾਲ ਇੱਕ ਲੜਵਾ ਦਿਆਂਗਾ। ਉਹ ਜ਼ਮਾਨਾ ਆਏਗਾ, ਦੁਨੀਆ ਵੇਖੇਗੀ, ਮੈਂ ਮੁਰਦਾ ਦਿਲ ਇਨਸਾਨਾਂ ਵਿੱਚ ਜਾਨ ਪਾ ਦਿਆਂਗਾ। ਚਿੜੀਆਂ ਸੇ ਮੈਂ ਬਾਜ ਤੜਾਊਂ, ਗਿੱਦੜਾਂ ਕੋਲੋਂ ਸ਼ੇਰ ਮਰਾਊਂ, 125,000 ਸੇ ਏਕ ਲੜਾਊਂ, ਤਬਾ ਗੋਬਿੰਦ ਸਿੰਘ ਨਾਮ ਕਹਾਊਂ। ਬਾਂਹ ਤੂੰ ਫੜ ਕੇ ਪੰਡਾਲ ਦੇ ਪਿਛਲੇ ਪਾਸੇ ਲੈ ਗਏ, ਕੀਤਾ ਤਲਵਾਰ ਦਾ ਵਾਰ, ਉਹ ਤਲਵਾਰ ਦੇ ਵਾਰ ਦੀ ਆਵਾਜ਼ ਬਾਹਰ ਸੁਣਾਈ ਦਿੱਤੀ। ਰੱਤ ਭੇਜੀ, ਰੱਤ ਭਰੀ, ਤਲਵਾਰ ਲੈ ਕੇ ਦੂਜੀ ਵਾਰੀ ਸਟੇਜ 'ਤੇ ਆਏ ਨੇ। ਮੇਰੇ ਵਰਗੇ ਕਈ ਨੀਵੀਆਂ ਪਾ ਪਾ ਕੇ ਖਿਸਕਣੇ ਸ਼ੁਰੂ ਹੋ ਗਏ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ। ਅੱਜ ਜਿਹੜੇ ਅੱਜ ਕੱਲ੍ਹ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਨੇ ਬੱਕਰੇ 'ਚ ਢਕਾਏ ਸਨ, ਇਤਿਹਾਸ ਦੱਸਦਾ ਹੋਏ, ਜਦੋਂ ਪੰਜਵੇਂ ਸਿਰ ਦੀ ਮੰਗ ਕੀਤੀ ਪੰਡਾਲ 'ਚ, ਤਾਂ ਬੰਦੇ 40 ਰਹਿ ਗਏ ਸਨ ਖਾਲਸਾ ਜੀ, 40 ਬੰਦੇ ਰਹਿ ਗਏ ਨੇ, 40। ਉਹ 40 ਕਿਹੜੇ ਰਹਿੰਦੇ? ਜਿਨ੍ਹਾਂ ਦੀ ਅਰਦਾਸ ਹੁੰਦੀ ਹੈ ਗੁਰੂ ਸਾਹਿਬ ਦੇ ਪੰਜ ਪਿਆਰੇ, ਮਾਫ਼ ਕਰਨਾ 4 ਸਾਹਿਬਜ਼ਾਦੇ, 40 ਮੁਕਤ, ਜਿਨ੍ਹਾਂ ਦੀ ਅਰਦਾਸ ਹੁੰਦੀ ਹੈ। ਰੱਤ ਭਿੱਜੀ, ਰੱਤ ਭਰੀ, ਲਹੂ ਨਾਲ ਲਿਬੜੀ ਤਲਵਾਰ ਲੈ ਕੇ ਦੂਜੀ ਵਾਰੀ ਫਿਰ ਸਟੇਜ 'ਤੇ ਆਏ ਨੇ। ਆਖਿਆ ਗੁਰੂ ਨਾਨਕ ਦੀ ਇਹ ਸੰਗਤ, ਇੱਕ ਸਿਰ ਹੋਰ ਚਾਹੀਦਾ। ਇਸ ਵਾਰੀ ਇਸ ਪ੍ਰੇਮ ਦੀ ਖੇਡ ਨੂੰ ਖੇਡਣ ਵਾਸਤੇ ਦਿੱਲੀ ਦੇ ਰਹਿਣ ਵਾਲੇ ਭਾਈ ਧਰਮ ਚੰਦ, ਜੱਟਾਂ ਦੇ ਘਰਾਣੇ ਨਾਲ ਸੰਬੰਧ ਰੱਖਣ ਵਾਲੇ, ਗਲ 'ਚ ਪੱਲੂ ਪਾਇਆ ਅਤੇ ਉੱਠ ਖਲੋਤੇ ਹੋਏ ਮਹਾਰਾਜ ਦੇ ਸਨਮੁੱਖ ਪੇਸ਼ ਹੋ ਕੇ ਆਖਿਆ ਗਰੀਬ ਨਵਾਜ਼ ਮੇਰਾ ਸਿਰ ਲੈ ਲਓ, ਮੈਂ ਵੀ ਹਾਜ਼ਰ ਹਾਂ। ਅਯੂਰ ਕਹਿੰਦਾ ਤੇਰਾ ਨਾਂ? ਆਖਿਆ ਜੀ ਮੇਰਾ ਨਾਂ ਧਰਮ ਚੰਦ, ਕਿੱਥੋਂ ਦੇ ਰਹਿਣ ਵਾਲਾ? ਦਿੱਲੀ ਦੇ ਰਹਿਣ ਵਾਲਾ। ਉਹ ਦਿੱਲੀ, ਦਿੱਲੀ ਕੀ ਅਤੇ ਧਰਮ ਕੀ? ਜੱਥਾ ਬਾਦਸ਼ਾਹ ਔਰੰਗਜ਼ੇਬ ਨੇ ਇਹ ਗੱਲ ਕਹਿ ਦਿੱਤੀ ਆ, ਬੱਚਾ ਹਿੰਦੂ ਦਾ ਰਹਿਣ ਨਹੀਂ ਦੇਣਾ, ਸ਼ਰਾਂ ਦੇ ਵਿੱਚ ਆ ਜਾਓ ਕਾਫਰਾਂ, ਹਿੰਦੂਆਂ ਰਹਿਣ ਨਹੀਂ ਦੇਣਾ, ਸ਼ਰਾਂ ਵਿੱਚ ਆ ਜਾਓ ਕਾਫਰਾਂ, ਬੱਚਾ ਹਿੰਦੂ ਦਾ Oh,
ਕੀਤਾ ਧਰਮ ਚੰਦਾ, ਦਿੱਲੀ ਕੀਤੇ ਧਰਮ ਕੀ, ਜੇ ਦਿੱਲੀ ਤੋਂ ਧਰਮ ਚੱਲ ਕੇ ਆ ਗਿਆ ਇੱਕ ਰੰਗ ਜੇਬ ਤਾਂ ਕੀ, ਲੱਖਾਂ ਰੰਗ ਜੇਬ ਮਿਲ ਕੇ ਵੀ ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਦਾ ਮਲੀਆ ਮੇਟ ਨਹੀਂ ਕਰ ਸਕਦੇ। ਆਖਿਆ ਧਰਮ ਚੰਦਾ ਇਹ ਦੱਸ ਲੜੇਗਾ। ਮੁਸਕਰਾਉਂਦੇ ਭਾਈ ਸਾਹਿਬ ਬੋਲੇ, ਮਹਾਰਾਜ ਜੱਟਾਂ ਦਾ ਕੰਮ ਕੀ ਹੁੰਦਾ? ਜੱਟ ਨੂੰ ਤਾਂ ਥੋੜ੍ਹਾ ਜਿਹਾ ਵਡਿਆ ਦਿਓ ਅਤੇ ਜਿਹਦੇ ਮਰਜ਼ੀ ਗਲ ਪਵਾ ਦਿਓ, ਜੱਟ ਤਾਂ ਵੱਟ ਪਿੱਛੇ ਲੜ ਕੇ ਮਰ ਜਾਂਦਾ। ਗਰੀਬ ਨਵਾਜ, ਮੈਂ ਤੇਰੇ ਬਚਨਾਂ 'ਤੇ ਮਰੂੰਗਾ। ਗਰੀਬ ਨਵਾਜ, ਮੈਂ ਤੇਰੇ ਬਚਨਾਂ 'ਤੇ ਮਰੂੰਗਾ, ਜੋ ਕਹੋਗੇ ਕਰੂੰਗਾ। ਭਾਈ ਸਾਹਿਬ ਨੂੰ ਬਾਂਹ ਤੋਂ ਫੜ ਕੇ ਆਪ ਨੂੰ ਵੀ ਤੰਬੂ ਦੇ ਪਿਛਲੇ ਪਾਸੇ ਲੈ ਗਏ। ਇੱਧਰ ਸੰਗਤਾਂ ਖਿਸਕਣੀਆਂ ਸ਼ੁਰੂ ਹੋਈਆਂ ਨੇ। ਇੱਧਰ ਮਸੰਦ ਮਸੀਣੇ ਜਿਹੜੇ 5-5 ਕਿਲੋ ਦਾਲ ਪੀ ਜਾਂਦੇ ਸਨ, ਅਤੇ ਜਿਹੜਾ ਬਚਿਆ ਖੁਚਿਆ ਪ੍ਰਸ਼ਾਦ ਸੀ ਜਿਹੜਾ ਮਸੰਦੀ ਛਕਦੇ ਸਨ। ਮਾਤਾ ਗੁਜਰੀ ਨੂੰ ਜਾ ਕੇ ਕਹਿੰਦੇ, ਮਾਂ ਤੂੰ ਤਾਂ ਕਹਿੰਦੀ ਸਾਂ ਕਿ ਇੱਕ ਦਿਨ ਗੋਬਿੰਦ ਰਾਏ ਜ਼ਾਲਮ ਰਾਜ ਦੀਆਂ ਜੜ੍ਹਾਂ ਪੱਟ ਕੇ ਸੱਟ ਦੇਣਗੇ, ਰੱਖ ਦੇਣਗੇ। ਮਾਤਾ, ਗੁਰੂ ਸਾਹਿਬ ਨੇ ਜ਼ਾਲਮ ਰਾਜ ਦੀਆਂ ਜੜ੍ਹਾਂ 'ਤੇ ਕੀ ਪੱਟਣੀਆਂ ਨੇ? ਆਪਣੇ ਸਿੱਖ ਝੜਕਾਉਣੇ ਸ਼ੁਰੂ ਕਰਦੇ ਨੇ, ਸਟੇਜ 'ਤੇ ਆਉਂਦੇ ਨੇ, ਇੱਕ ਸਿਰ ਮੰਗਦੇ ਨੇ, ਇੱਕ ਸਿੱਖ ਉੜਦਾ ਤੇ ਉਹਨੂੰ ਪਰਦੇ 'ਚ ਲੈ ਜਾਂਦੇ ਨੇ, ਉਹਦਾ ਸਿਰ ਕੱਟ ਕੇ ਅਤੇ ਦੁਬਾਰਾ ਫਿਰ ਆਉਂਦੇ ਨੇ। ਆਖਿਆ ਮਾਤਾ, ਜੇ ਇਹੀ ਕੰਮ ਚੱਲਦਾ ਰਿਹਾ ਨਾ ਤਾਂ ਦਿਨ ਸ਼ਿਵਦਿਆਂ ਨੂੰ ਸਿੱਖੀ ਦਾ ਮਲੀਆ ਮੇਟ ਕਰ ਦੂੰਗਾ। ਕਿਤੇ ਪੜ੍ਹਿਆ ਕਰਦੇ ਸਾਂ, ਖਤਮ ਕਰ ਦੇਗਾ ਸਿੱਖੀ ਨੂੰ ਮਾਤਾ ਭੋਲੀਏ, ਜਾ ਕੇ ਸਮਝਾ ਲਿਆ ਲਾਲ ਨੂੰ। ਮਾਤਾ ਨੇ ਆਖਿਆ, ਮੂਰਖ, ਤੁਹਾਡੇ ਕੋਲ ਉਹ ਅੱਖ ਹੀ ਨਹੀਂ ਕਿ ਤੁਸੀਂ ਚੋਜੀ ਪ੍ਰੀਤਮ ਨੂੰ ਸਮਝ ਸਕੋ। ਚੋਜੀ ਮੇਰੇ ਪ੍ਰੀਤਮਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਮੁੱਕਦੀ ਗੱਲ ਕੀ, ਤੁਸੀਂ ਗੁਰੂ ਸਾਹਿਬ ਨੂੰ ਕੀ ਸਮਝ ਸਕਦੇ ਹੋ? ਪਰ ਕਹਿੰਦੇ ਨੇ ਜਦੋਂ ਤੀਜੇ ਸਿਰ ਦੀ ਮੰਗ ਕੀਤੀ ਨਾ, ਮੰਗ ਕੀਤੀ ਤਾਂ ਭਾਈ ਸਾਹਿਬ, ਭਾਈ ਮੋਹਕਮ ਚੰਦ ਦੁਆਰਕਾਪੁਰੀ ਦੇ ਰਹਿਣ ਵਾਲੇ ਉੱਠ ਖਲੋਤੇ ਹੋਏ, ਮਰ ਦੇ ਸਾਹਮਣੇ ਪੇਸ਼ ਹੋ ਕੇ ਆਖਿਆ, ਮਰ ਮੇਰਾ ਸੀਸ ਵੀ ਲੈ ਲਓ। ਗੁਰੂ ਸਾਹਿਬ ਨੇ ਆਖਿਆ, ਤੇਰਾ ਨਾਂ, ਤੇਰਾ ਠਾਮ, ਕਿੱਥੋਂ ਦੇ ਰਹਿਣ ਵਾਲਾ? ਇਹਨੇ ਆਖਿਆ, ਮਰ ਜਾਤ ਦਾ ਸ਼ੀਪਾ ਹੁੰਦਾ, ਮਹਾਰਾਜ ਧੋਬੀ ਪਣੇ ਦਾ ਕੰਮ ਕਰਦਾ, ਪਰ ਮਹਾਰਾਜ ਨਵੇਂ ਪਾਤਸ਼ਾਹ ਦੀ ਸ਼ਹੀਦੀ ਇਹਨਾਂ ਕੰਨਾਂ ਨਾਲ ਸੁਣੀ ਸੀ, ਅੱਖਾਂ ਨਾਲ ਵੇਖੀ ਵੀ ਸੀ। ਇੱਕ ਵਾਰੀ ਕਹਿ ਦਿਓ ਬਾਹਰ, ਅੱਖਾਂ ਨਾਲ ਵੇਖੀ ਵੀ ਸੀ, ਮਰ ਮੈਂ ਬੜਾ ਸਮਾਂ ਇੰਤਜ਼ਾਰ ਕਰਦਾ ਰਿਹਾ, ਕੋਈ ਸਮਾਂ ਬਣੇ, ਕੋਈ ਸਮਾਂ ਬਣੇ ਤਾਂ ਮੈਂ ਆਪਣਾ ਸੀਸ ਗੁਰੂ ਤੇਗ ਬਹਾਦਰ ਮਾਂ ਦੇ ਲੇਖੇ ਲਾ ਕੇ ਆਪਣਾ ਜਨਮ ਸਫਲਾ ਕਰਾਂ। ਮੇਰੇ ਪਾਤਸ਼ਾਹ ਕਹਿੰਦੇ, ਤੂੰ ਲੜੇਂਗਾ? ਕਿ ਮਰ ਧੋਬੀ, ਕੱਪੜੇ ਧੋਬੀ ਹੁੰਦੇ ਆ, ਧੋਬੀ ਜੇ ਮੈਂ ਕੱਪੜੇ ਧੋਨੇ ਆ ਨਾ ਸੀ, ਸੋਢੇ ਦੇ ਵਿੱਚ ਕਾਢ ਕੇ ਅਤੇ ਮਗਰੂ ਡੰਡੇ ਦੇ ਨਾਲ ਕੁੱਟਦੇ ਹਾਂ, ਮਹਾਰਾਜ ਐਂ ਜ਼ਾਲਮਾਂ ਦੇ ਸਿਰ ਇੰਜ ਭੰਨ ਦੂੰਗਾ। ਗੜੀ ਚਮਕੌਰ ਦੇ ਅੰਦਰ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ, ਭਾਈ ਮੋਹਕਮ ਸਿੰਘ ਨੂੰ ਸ਼ਸਤਰ ਬਸਤਰ ਸਜਾਉਂਦੇ, ਮੋਹਕਮ ਸਿਆਂ ਅਮਰ ਛਕਾਉਣ ਸਮੇਂ ਅਸੀਂ ਇੱਕ ਬਚਨ ਕੀਤਾ ਸੀ, ਗਿੱਦੜਾਂ ਕੋਲੋਂ ਸ਼ੇਰ ਮਰਾਊਂ, 125,000 ਸੇ ਏਕ ਲੜਾਊਂ, ਫੜੋ ਸ਼ਸਤਰ, ਜਾਓ ਭਾਈ ਮੋਹਕਮ ਸਿੰਘ ਮੇਰੀਆਂ ਅੱਖਾਂ ਦੇ ਸਾਹਮਣੇ 125,000 ਨੂੰ ਮਾਰ ਕੇ ਸ਼ਹੀਦੀ ਜਾਂ ਪ੍ਰਾਪਤ ਕਰੋ। ਇਤਿਹਾਸ ਦੱਸਦਾ ਕਿ ਚਮਕੌਰ ਦੀ ਘੜੀ ਵਿੱਚ ਭਾਈ ਮੋਹਕਮ ਸਿੰਘ ਜੀ 125,000 ਜ਼ਾਲਮਾਂ ਨੂੰ ਮਾਰ ਕੇ ਸ਼ਹੀਦ ਹੋਏ ਸਨ। ਖਾਲਸਾ ਜੀ, ਉਹਦੀ ਰੱਤ ਪੀਣੀ ਤਲਵਾਰ
ਜਿਹਨੂੰ ਡੰਗਦੀ ਸੀ ਮੁੜ ਕੇ ਪਾਣੀ ਨਹੀਂ ਸੀ ਮੰਗਦਾ। ਜਦੋਂ ਚੌਥੇ ਨੰਬਰ ਸਿਰ ਦੀ ਮੰਗ ਕੀਤੀ, ਉਹ ਪੰਜੇ ਪਿਆਰੇ ਪੰਜੇ ਗਰੀਬ ਘਰਾਂ ਦੇ ਇੱਕ ਵਾਰੀ ਕਹਿ ਦਿਓ ਬਹਿਰੂ, ਗੁਰਮੁਖ ਪਿਆਰੇ ਭਾਈ ਹਿੰਮਤ ਰਾਏ ਉੱਠ ਖਲੋਤੇ ਹੋਏ। ਉਹ ਆਪਾਂ ਜਾਣਦੇ ਹੀ ਹਾਂ ਪਿੰਡਾਂ ਦੇ ਵਿੱਚ ਭਾਈ ਸਾਹਿਬ ਦੇ ਫਟੇ ਪੁਰਾਣੇ ਕੱਪੜੇ ਅਤੇ ਦੇੜ ਕੁ ਸ਼ਹਿਰਾਂ ਮਾਰ ਦੇ ਸਾਹਮਣੇ ਪੇਸ਼ ਹੋਏ ਅਤੇ ਮਾਰੇ ਕਹਿੰਦੇ ਪ੍ਰੇਮੀਆਂ ਤੇਰਾ ਨਾ ਉਹ ਮਾਰ ਦਸਵੇਂ ਪਾਤਸ਼ਾਹ। ਕਹਿੰਦੇ ਮਾਰ ਦੇ ਨੇਤਰ ਸੱਜਣ ਹੋ ਗਏ ਭਾਈ ਹਿੰਮਤ ਰਾਏ ਨੂੰ ਵੇਖ ਕੇ। ਅਰੇ ਤੂੰ ਕਿੱਥੋਂ ਆਇਆ? ਮੈਂ ਜੀ ਗਰੀਬ ਨਵਾਜ, ਮੈਂ ਜਗਨਨਾਥਪੁਰੀ ਤੋਂ ਆਇਆ ਜਿੱਥੇ ਗੁਰੂ ਨਾਨਕ ਜੀ ਨੇ ਆਰਤੀ ਉਚਾਰਨ ਕੀਤੀ ਸੀ ਸਮੁੰਦਰ ਦੇ ਕੰਢੇ 'ਤੇ। ਨਾ ਮਾਫ ਕਰਨਾ ਹਾਂ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤੂੰ ਮਲਿਆਨ ਲੋ ਪਵਣ ਚਵਰੋ ਕਰੇ ਸਗਲ ਬਨਰਾਏ। ਫਲਾਂ 'ਤੇ ਜੋਤੀ ਆਖਿਆ ਗਰੀਬ ਨਵਾਜ। ਉਦੋਂ ਮੈਂ ਬੜਾ ਛੋਟਾ ਜਿਹਾ ਸਾਂ ਜਦੋਂ ਮੈਨੂੰ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦੀ ਖਬਰ ਮਿਲੀ ਸੀ। ਗਰੀਬ ਨਵਾਜ, ਅਸੀਂ ਝੀਵਰ ਹੁੰਦੇ ਹਾਂ, ਮਹਿਰੇ ਹੁੰਦੇ ਹਾਂ, ਅਤੇ ਮੇਰੇ ਪਾਤਸ਼ਾਹ ਕਹਿੰਦੇ ਉਹ ਹਿੰਮਤ ਰਾਏ ਤੇਰਾ ਨਾਂ? ਮੇਰਾ ਨਾਂ ਹਿੰਮਤ ਰਾਏ ਜੀ। ਆਖਿਆ ਮੈਨੂੰ ਮੇਰੇ ਖਾਲਸੇ 'ਚ ਹਿੰਮਤ ਵੀ ਚਾਹੀਦੀ ਸੀ। ਆਖਿਆ ਹਿੰਮਤ ਰਾਏ ਕੀ ਕੰਮ ਕਰਦਾ? ਮੈਂ ਗਰੀਬਾਂ ਦਾ ਕੰਮ ਕੀ ਹੁੰਦਾ? ਅੱਜ ਵੀ ਪੰਜਾਬ ਦੇ ਵਿੱਚ ਦੇਖੀ ਨਾ ਸੀ ਅਤੇ ਬਹੁਤੇ ਗਰੀਬਾਂ ਦੀਆਂ ਵਿਆਹਾਂ ਸ਼ਾਦੀਆਂ ਅਤੇ ਮੇਰੇ ਭਰਾ ਨੇ ਜਿਹੜੇ ਇਹ ਰੋਟੀ ਟੁੱਕ ਦਾ ਕੰਮ ਕਰਦੇ ਨੇ, ਪਾਣੀ ਢੋਂਦੇ ਨੇ, ਹੋਰ ਕੰਮ ਕਰਦੇ ਨੇ। ਇਹਨੇ ਆਖਿਆ ਮਹਾਰਾਜ ਜਾਤ ਦੇ ਮਹਿਰੇ ਹੁੰਦੇ ਹਾਂ, ਰੋਟੀ ਟੁੱਕ ਕਰਕੇ ਗੁਜ਼ਾਰਾ ਕਰਦੇ ਹਾਂ। ਮਹਾਰਾਜ ਦਾਣੇ ਵੀ ਭੁੰਨਦੇ ਹਾਂ। ਪਰ ਮਹਾਰਾਜ ਇੱਕ ਬੇਨਤੀ ਦੱਸਾਂ, ਮਹਾਰਾਜ ਜਦੋਂ ਅਸੀਂ ਦਾਣੇ ਭੁੰਨਣੇ ਆ ਨਾ, ਖਾਸ ਕਰਕੇ ਛੋਲਿਆਂ ਦੇ, ਉਹਦੇ ਉੱਤੇ ਕੁੱਝਾ ਫੇਰ ਦਿੰਦੇ ਹਾਂ ਫਿਰ ਅਸੀਂ ਕੁੱਝਾ। ਕਹਿੰਦਾ ਮਹਾਰਾਜ ਇਹਨਾਂ ਜਾਲਵਾਂ ਦੇ ਸਿਰ ਐਂ ਭੰਨ ਦੂੰਗਾ, ਇੱਕ ਵਾਰੀ ਸੇਵਾ ਦਾ ਮੌਕਾ ਤਾਂ ਦਿਓ। ਬਾਂਧ ਫੜ ਕੇ ਲੈ ਗਏ। ਪੰਜਵੇਂ ਨੰਬਰ 'ਤੇ ਭਾਈ ਸਾਹਿਬ ਚੰਦ, ਉਹ ਖਾਲਸਾ ਜੀ ਬਿਦਰ ਦੇ ਰਹਿਣ ਵਾਲੇ ਗੁਰੂ ਕੀ ਸੰਗਤ। ਇਹ ਪੰਜੇ ਸਥਾਨ ਸਨ ਜਿਹੜੇ ਪੰਜੇ ਪਿਆਰ ਪੰਜੇ ਸਥਾਨ ਸਨ, ਇਹ ਪੰਜੇ ਧਰਮ ਸਥਾਨ ਸਨ। ਧਰਮ ਸਥਾਨ ਦੁਆਰਕਾਪੁਰੀ ਕ੍ਰਿਸ਼ਨ ਦਾ ਅਵਤਾਰ ਹੋਇਆ ਸੀ, ਬਿਦਰ ਬਿਦਰ ਦੇ ਰਹਿਣ ਵਾਲੇ ਭਾਈ ਬਿਦਰ ਜੀ ਸਨ। ਅਤੇ ਤੀਜੇ ਨੰਬਰ 'ਤੇ ਜਗਨਨਾਥਪੁਰੀ, ਇੱਥੇ ਜਗਨਨਾਥ ਭਗਵਾਨ ਦਾ ਮੰਦਰ ਪੈਂਦਾ। ਚੌਥੇ ਨੰਬਰ 'ਤੇ ਦਿੱਲੀ, ਦਿੱਲੀ ਮਹਾਰਾਜਾ ਦਲੀਪ ਸਿੰਘ ਦੇ ਨਾਂ 'ਤੇ ਬੜਾ ਧਰਮਾਤਮਾ ਰਾਜਾ ਹੋਇਆ। ਪੰਜਵੇਂ ਨੰਬਰ 'ਤੇ ਲਾਹੌਰ, ਲਾਹੌਰ ਦਾ ਜਿਹੜਾ ਸ਼ਹਿਰ ਸੀ ਇਹ ਲਵ ਦੇ ਨਾਂ 'ਤੇ ਲਾਹੌਰ ਵਸਿਆ ਸੀ ਖਾਲਸਾ ਜੀ। ਇਹ ਪੰਜੇ ਪਿਆਰੇ ਪੰਜੇ ਤਾਂ ਪੰਜ ਧਰਮ ਅਸਥਾਨਾਂ ਤੋਂ ਚੱਲ ਕੇ ਆਏ ਸਨ। ਸਾਹਿਬ ਚੰਦ ਦਾ ਉੱਠਣਾ ਅਤੇ ਮੇਰੇ ਪਾਤਸ਼ਾਹ ਦਾ ਪੁੱਛਣਾ, ਪ੍ਰੇਮੀਆਂ ਤੇਰਾ ਨਾਂ ਕੀ ਹੈ? ਮਹਾਰਾਜ ਮੇਰਾ ਨਾਂ ਭਾਈ ਸਾਹਿਬ ਚੰਦ ਆ, ਮੈਂ ਜਾਤ ਦਾ ਨਾਈ ਹੁੰਦਾ। ਮਹਾਰਾਜ ਐਂ ਘੜ ਦੂੰਗਾ ਜਿਵੇਂ ਕਲਮਾਂ ਘੜਦੇ ਹਾਂ। ਬਾਂਹ ਤੋਂ ਫੜ ਕੇ ਗਲਣਾ ਲਾਇਆ, ਆਖਿਆ ਮੇਰਾ ਖਾਲਸਾ ਸਾਹਿਬ ਵੀ ਆ, ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ ਪੂਰਾ। ਮਾਫ ਕਰਨਾ, ਖਾਲਸੋ ਮੇਰਾ ਰੂਪ ਹੈ ਖਾਸ, ਖਾਲਸੋ ਹੂੰ ਮੈਂ, ਕਰੋ ਨਿਵਾਸ ਰਹਿਣਾ ਹੀ ਰਹੇ, ਸੋਈ ਸਿੱਖ ਮੇਰਾ ਉਹ ਸਹਿਮ ਉਸਕਾ ਚਿਹਰਾ। ਭਾਈ ਸਾਹਿਬ ਨੂੰ ਲੈ ਗਏ ਸਤਸੰਗ ਜੀ ਪਰਦੇ ਦੇ ਵਿੱਚ, ਲਾਇਕ ਸਰਸਾ ਦਰਿਆ ਦਾ ਪਾਣੀ, ਪੜ ਕੇ ਜਪ ਜੀ ਜਾਪ, ਸਵਈਏ ਚੁੱਪਈ ਆਨੰਦ ਸਾਹਿਬ ਦੀ ਬਾਣੀ, ਕੀਤਾ ਅੰਮ੍ਰਿਤ ਦਾ ਪਾਟਾ ਤਿਆਰ, ਪੰਜਾਂ ਨੂੰ ਭੂਤ ਭਵਿੱਖ ਦੇ ਵਰਤਮਾਨ ਦੇ ਗਿਆਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਰੂਹਾਨੀ ਸ਼ਕਤੀ ਦੇ ਜ਼ਰੀਏ ਸਾਰਾ ਜੀਤ ਕੀਤਾ। ਕਹਿੰਦਾ ਸਮਾਂ ਬਣਿਆ ਅਤੇ ਵਿਚਾਰ ਕਰਾਂਗੇ। ਕਹਿੰਦੇ ਨੇ ਪੰਜ ਕਕਾਰ ਬਖਸ਼ੇ,
ਇਹਨਾਂ ਦੀ ਤਿੰਨ ਕਿਸਮ ਦਾ ਅੰਮ੍ਰਿਤ ਆ ਗੁਰੂ ਘਰ ਦੇ ਵਿੱਚ। ਪਹਿਲੇ ਨੰਬਰ 'ਤੇ ਸੰਸਕਾਰ ਅੰਮ੍ਰਿਤ, ਜੋ ਖੰਡੇ ਬਾਠੇ ਦਾ ਅੰਮ੍ਰਿਤ ਹੈ, ਜਿਹੜਾ ਸਾਨੂੰ ਸਾਰਿਆਂ ਨੂੰ ਨਸੀਬ ਹੁੰਦਾ। ਦੂਜੇ ਨੰਬਰ 'ਤੇ ਨਾਮ ਦਾ ਅੰਮ੍ਰਿਤ, ਮਾਫ਼ ਕਰਨਾ ਗੁਰੂ ਕੀ ਸੰਗਤ, ਅੰਮ੍ਰਿਤ ਨਾਮ ਨਿਧਾਨ ਹੈ, ਸਾਸ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਪੀਵੈ ਸੋ ਜੀਵੈ। ਤੀਜੇ ਨੰਬਰ 'ਤੇ ਬ੍ਰਹਮ ਗਿਆਨ ਦਾ ਅੰਮ੍ਰਿਤ, ਜੋ ਨਾਮ ਦੀ ਕਮਾਈ ਕਰਕੇ ਸਾਧ ਸੰਗ ਜੀ ਪ੍ਰਾਪਤ ਹੁੰਦਾ। ਇਹਨਾਂ ਪੰਜਾਂ ਦੀ ਕੁਰਬਾਨੀ ਵੱਡੀ ਸੀ, ਇਹਨਾਂ ਨੇ ਸਿਰ ਦੇ ਕੇ ਅੰਮ੍ਰਿਤ ਲਿਆ ਸੀ। ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਤਿੰਨੇ ਅੰਮ੍ਰਿਤ ਇਕੱਠੇ ਦੇ ਦਿੱਤੇ। ਇੱਕ ਵਾਰੀ ਕਹਿੰਦੇ ਮਹਾਰਾਜ, ਤਿੰਨੇ ਅੰਮ੍ਰਿਤ ਇਕੱਠੇ ਦੇ ਦਿੱਤੇ। ਜਦ ਪੰਜ ਚੁੱਲ੍ਹੇ ਅੰਮ੍ਰਿਤ ਦੇ ਇਹਨਾਂ ਦੇ ਮੂੰਹ 'ਚ ਮਾਰਨੇ ਕੀਤੇ, ਹਰ ਸਿੱਖ ਨੇ ਆਪਣੇ ਅੰਦਰ ਗੁਰੂ ਨਾਨਕ ਦੀ ਜੋਤ ਜਗਦੀ ਵੇਖੀ ਨੇਤਰਾਂ ਦੇ ਵਿੱਚ। ਜਦੋਂ ਪੰਜ ਚੁੱਲ੍ਹੇ ਨੇਤਰਾਂ ਦੇ ਵਿੱਚ ਪਾਏ, ਇਹ ਜਗਤ ਹਰ ਕਾ ਰੂਪ ਹੈ, ਦ੍ਰਿਸ਼ਟੀ ਬਦਲ ਕੇ ਰੱਖ ਦਿੱਤੀ। ਜਦੋਂ ਕੇਸਾਂ ਦੇ ਵਿੱਚ ਅੰਮ੍ਰਿਤ ਦੇ ਪੰਜ ਚੁੱਲ੍ਹੇ ਮਾਰੇ ਅਤੇ ਪਾਏ ਕਹਿ ਲਓ, ਤਾਂ ਸਿੱਖਾਂ ਨੂੰ ਮਾਫ਼ ਕਰਨਾ, ਤਿੰਨਾਂ ਲੋਕਾਂ ਦੇ 14 ਭਵਨਾਂ ਦਾ ਗਿਆਨ ਹੋ ਗਿਆ। ਖਾਲਸਾ ਜੀ, ਅੰਮ੍ਰਿਤ ਦੀ ਬਖਸ਼ ਕੇ ਦਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਇਹਨਾਂ ਪੰਜਾਂ ਪਾਸਿਓਂ ਆਪ ਅੰਮ੍ਰਿਤ ਛਕਿਆ। ਅੱਜ ਖਾਲਸੇ ਦੇ ਪ੍ਰਕਾਸ਼ ਦਿਵਸ ਦੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਮਾਫ਼ ਕਰਨਾ ਇਸਲਾਮ ਸੁਨਤ ਤੋਂ ਸ਼ੁਰੂ ਹੁੰਦਾ, ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਸੁਨਤ ਤੋਂ ਸ਼ੁਰੂ ਹੁੰਦਾ। ਹਿੰਦੂ ਧਰਮ ਤਿਲਕ ਜੰਝੂ ਤੋਂ ਸ਼ੁਰੂ ਹੁੰਦਾ, ਪਰ ਤੂੰ ਯੂ ਆਰ ਇਟ ਇਟਸ ਪ੍ਰਾਈਡ ਥਿੰਗ ਫਾਰ ਯੂ, ਔਰ ਤੁਹਾਡੇ ਵਾਸਤੇ ਮਾਣ ਦੀ ਗੱਲ ਹੈ। ਕੋਈ ਧਰਮ ਤਿਲਕ ਅਤੇ ਜੰਝੂ ਤੋਂ ਸ਼ੁਰੂ ਹੁੰਦਾ, ਕੋਈ ਸਿੱਖ ਸੁਨਤ ਤੋਂ ਸ਼ੁਰੂ ਹੁੰਦਾ, ਪਰ ਇੱਕ ਸਿੱਖ ਧਰਮ ਹੈ ਜਿਹੜਾ ਅੰਮ੍ਰਿਤ ਤੋਂ ਸ਼ੁਰੂ ਹੁੰਦਾ। ਖਾਲਸਾ ਜੀ, ਅੰਮ੍ਰਿਤ ਪੀਵੋ ਸਦਾ ਫਿਰ ਜੀਵੋ। ਇੰਨੇ ਸ਼ਬਦ ਪ੍ਰਵਾਨ ਆਪ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ, ਤੁਹਾਡੇ ਆਪਣੇ ਪ੍ਰਕਾਸ਼ ਦਿਵਸ ਦੀ। ਅੱਜ ਦੇ ਦਿਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਜੀ ਸਿੰਘ ਸ਼ਬਦ ਬਖਸ਼ਿਆ, ਆਖਿਆ ਤੁਸੀਂ ਸ਼ੇਰ ਹੋ, ਤਗੜੇ ਹੋਵੋ, ਸ਼ਸਤਰ ਰੱਖੋ, ਕਿਹੜਾ ਤੁਹਾਡੇ ਵੱਲ ਝਾਕੂਗਾ, ਦੁਨੀਆ ਤੁਹਾਡਾ ਸਿੱਕਾ ਮੰਨ ਕੇ ਤੁਰੇਗੀ। ਕਰ ਇੰਨਾ ਕੁ ਸ਼ਬਦ ਪ੍ਰਵਾਨ ਕਰੋ ਜੀ। ਗੁਜਰੀ ਦੇ ਲਾਲ ਨੇ ਸਿੱਖੀ ਦਾ ਬੂਟਾ ਲਾਇਆ, ਗੁਜਰੀ ਦੇ ਲਾਲ ਨੇ ਓ ਸਿੱਖੀ ਦਾ ਬੂਟਾ ਲਾਇਆ, ਗੁਜਰੀ ਦੇ ਤੂੰ ਪਾਣੀ ਜਿਹੜੇ ਗੈਰਾਂ ਦਾ ਪਰਦੇ ਸੀ, ਸਦੀਆਂ ਤੂੰ ਪਾਣੀ ਜਿਹੜੇ ਗੈਰਾਂ ਦਾ ਪਰਦੇ ਸੀ, ਸਦੀਆਂ ਤੂੰ ਪਾਣੀ ਜਿਹੜੇ Thank you.
ਤੇ ਆਉਣ ਤੂੰ ਪਹਿਲਾਂ ਪਹਿਲਾਂ ਹੀ ਮਰਦੇ ਸੀ, ਮੌਤ ਤੇ ਆਉਣ ਤੂੰ ਪਹਿਲਾਂ ਪਹਿਲਾਂ ਹੀ ਮਰਦੇ ਸੀ, ਓਏ ਮੌਤ ਤੇ ਆਉਣ ਤੂੰ ਪਹਿਲਾਂ ਖੰਡੇ ਦੀ ਤਾਰ ਨੇ ਕਰਤੀ ਕਮਾਲ ਵੇਖੋ, ਖੰਡੇ ਦੀ ਤਾਰ ਨੇ ਓਏ ਕਰਤੀ ਬੂਟਾ ਲਾਇਆ ਗੁਜਰੀ ਦੇ ਲਾਲ ਸਿਰਜਣਾ ਕੀਤੀ, ਖੈਰ ਗੁਰੂ ਕੀ ਸੰਗਤ ਪੀਓ ਪੌਲ ਖੰਡੇ ਧਾਰ ਹੋਵੇ ਜਨਮ ਸੁਹੇਲਾ। ਆਪ ਜੀ ਸਾਰਿਆਂ ਨੂੰ ਅੱਜ ਦੇ ਪ੍ਰਕਾਸ਼ ਦੇਵ ਦੀ ਲੱਖ ਲੱਖ ਵਧਾਈ ਹੋਵੇ। ਆਪਣੇ ਘਰਾਂ ਜਾ ਕੇ ਦੇਸੀ ਘਿਓ ਦੇ ਦੀਵੇ ਜਗਾਏ ਹੋ ਜੇ, ਘਰਾਂ 'ਚ ਜਾ ਕੇ ਨਾ ਦੇਸੀ ਘਿਓ ਦੇ ਦੀਵੇ ਜਗਾਏ ਹੋ ਜੇ। ਜੇ ਇੱਥੇ ਤੱਕ ਵੀ ਤਨਖਾ 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 ਗੁਰੂ ਨਾਨਕ ਸਾਹਿਬ ਜੀ ਤਨਖਾ ਤਨਖਾ ਤਨ ਤਨ ਹੈ ਗੁਰੂ ਅੰਗਦ ਸਾਹਿਬ ਜੀ ਤਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਤਨ ਹੈ, ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਤਨ ਹੈ, ਧਨ ਹੈ ਤਨ ਤਨ ਹੈ ਗੁਰੂ ਅਰਜਨ ਸਾਹਿਬ ਜੀ
ਵਤਨ ਹੈ ਤਨ ਹੈ ਤਨ ਹੈ ਗੁਰੂ ਹਰਗੋਬਿੰਦ ਸਾਹਿਬ ਤਨ ਹੈ ਤਨ ਹੈ ਗੁਰੂ ਚੀਰੀ ਯਾਰ ਰਾਤ ਤਨ ਹੈ ਤਨ ਹੈ ਗੁਰ ਤੇਰੀ ਯਾਰ ਕ੍ਰਿਸ਼ਨ ਜੀ ਤਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਹੈ ਤਨ ਹੈ ਤਨ ਤਨ ਹੈ ਗੁਰੂ ਅੰਤ ਸਾਹਿਬ ਜੀ ਤਨ ਹੈ ਤਨ ਹੈ ਤਨ ਖਾ ਤਨ ਹੈ ਤੇਰਾ ਪੰਥ ਖਾਲਸਾ ਤਨ ਹੈ ਤਨ ਤਨ ਹੈ ਤੇਰੀ ਸਾਧ ਸੰਗਤ ਜੀ ਤਨ ਹੈ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲਗੂਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਛੂ ਨਾ ਲਗੂਗਾ ਬੋਲ ਪਿਆਰਿਆ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ